हाँ जी भाई जी, सत श्रीकाल जी। स्वागत आ सारे भरावां दा तुहाडे अपने पेज ते वरिंदर चांगली वालों बहुत बहुत स्वागत आ जी। तुसीं दे रहे हो वालीबाल शूटिंग कच्ची सुपर कप पिंड ख्याली वाला ख्याली चहलां वाली फाइनल की शुरुआत होने लगी है जी। बहुत तगड़ा मैच लगना है रैकोट ते बिंदी बुरज पलाई फाइनल मैच की शुरुआत होने लगी है। बहुत तगड़ा फाइनल खेडा जाना बई, कर दो शेयर सारे भरा। सत्ते ते सचिन की टक्कर होनी है उरे। कर दो शेयर सारे भरा वीरे, बहुत ही तगड़ा मैच लगना है। कर दो शेयर सारे भरा वीरे, बहुत तगड़ा फाइनल खेडा जाना जी। ਬਾਈ ਯਾਰ 5 ਵਜ ਕੇ ਭਰਾ ਬਣ ਕੇ ਅਗਲੇ ਟੂਰਨਾਮੈਂਟ ਤੇ ਵੀ ਜਾਣਾ ਹੈ, ਥੋੜਾ ਕਰੋ ਸ਼ੁਰੂ ਮੈਚ ਵੀਰੇ ਜਲਦੀ। ਮੈਂ ਤਾਂ ਮੱਕੀ ਲੈਣ ਆਇਆ ਸੀ ਬਾਈ, ਸੁਣੀ ਆ ਵੀਡੀਓ, ਮੱਕੀ ਲੈਣ ਆਇਆ ਸੀ, ਵੀਡੀਓ ਸੁਣੀ ਆ ਤੁਸੀਂ? ਨਹੀਂ ਫਿਰ ਸੁਣੀ ਵੀਡੀਓ। ਪ੍ਰਾਈਜ਼ ਅੱਜ ਹੈਗਾ ਬਾਈ ਪ੍ਰਿੰਸ ਆਲੂਵਾਲ, ਮੇਰੇ ਹਿਸਾਬ ਨਾਲ 15,000 ਪ੍ਰਾਈਜ਼ ਆ ਫਸਟ ਵੀਰੇ, 15-11 ਸਰ। ਯਾਰ ਸਕੋਰਿੰਗ ਵੀ ਕਰਦੇ ਨੇ ਨਾਲ, ਮੇਰਾ ਵੀਰ ਬਣ ਕਿੰਨਾ ਕਿੰਨਾ ਕੰਮ ਹੈ। ਅਵਤਾਰ ਨੰਬਰ ਵਾਲਾ ਵੀਰ ਦਾ ਕੋਈ ਲਾ ਦੋ ਆਪਣੇ ਚੋਂ, ਮੇਰਾ ਵੀਰ ਹੁਣ ਖੜੋ ਵੀਰੇ ਯਾਰ, ਕਰ ਦੋ ਮੈਚ ਸ਼ੁਰੂ। ਹਾਂਜੀ ਹਾਂਜੀ, ਫਾਈਨਲ ਆ ਵੀਰੇ। ਸਾਜਿਦ ਖਾਨ ਜੀ, ਕਰ ਦੋ ਵੀਰੇ ਯਾਰ ਮੈਚ ਸ਼ੁਰੂ ਭਰਾ ਬਣ ਕੇ। ਕਰ ਦੋ ਵੀਰੇ ਯਾਰ ਮੈਚ ਸ਼ੁਰੂ ਭਰਾ ਬਣ ਕੇ। ਫਾਈਨਲ ਮੈਚ ਰੈਕੋਟ ਤੇ ਬੁਰਜ ਭਲਾਈ ਦਾ ਵੀਰੇ, ਬੁਰਜ ਭਲਾਈ ਚ ਸਚਿਨ, ਰੈਕੋਟ ਚ ਸੱਤਾ ਹੋਇਆ ਵੀਰੇ, ਫਾਈਨਲ ਮੈਚ ਆ ਵੀ। ਬਾਈ ਜਿਹੜਾ ਨਾ ਪਿੱਛੇ ਪਿੱਛੇ ਜਿਹੜਾ ਸੀਜ਼ਨ ਹੋ ਗਿਆ ਸਾਰਾ, ਹੈਂ ਇੱਕ ਰੁਪਈਆ ਲੜੀਆਂ ਬਹੁਤ ਦਿੱਤੇ ਨੇ ਲੋਕਾਂ ਨੇ ਹਨਾ। ਨਾ ਉਹ ਵੀ ਬੰਨ ਰੱਖੀ ਹੈ, ਟਾਈਮ ਫੋਨ ਤੇ ਦੇਖੀ ਜਾਂਦਾ।
ਜੱਸਾ ਆਇਆ ਸੀ ਹਰਗਾ ਹੀ ਵੀਰੇ ਮਾਨ ਖੇੜੇ ਨੂੰ ਲਓ ਜੀ ਫਾਈਨਲ ਮੈਚ ਦੀ ਸ਼ੁਰੂਆਤ ਹੋ ਚੁੱਕੀ ਹੈ ਫਾਈਨਲ ਮੈਚ ਦੀ ਜਿਹੜੀ ਸ਼ੁਰੂਆਤ ਖੇਡ ਗਰਾਊਂਡ ਦੇ ਵਿੱਚ ਹੋ ਚੁੱਕੀ ਹੈ ਰਾਏਕੋਟ ਦੇ ਨਾਲ ਫੁਰਜ ਭਲਾਈ ਦੀ ਟੀਮ ਦੇ ਵਿਚਕਾਰ ਇੱਕ ਚੋਟੀ ਦਾ ਜਿਹੜਾ ਮੈਚ ਆ ਉਹ ਸ਼ੁਰੂ ਹੋ ਚੁੱਕਿਆ ਹਾਂਜੀ ਹਾਂਜੀ ਸੱਤਾ ਵੀਰੇ ਸੈਂਟਰ ਚ ਬਿਲਕੁਲ ਜੀ ਮੂਵ ਛੱਡ ਦੇ ਦਾ ਜੀ ਚਾਰ ਹੋ ਗਏ ਨਾ ਚਾਰ ਤੇ ਇੱਕ ਬਾਈ ਪਤਾ ਨਹੀਂ ਤੇ
ਵਧੀਆ ਵਧੀਆ ਵੀਰੇ ਜੌਨੀ ਪਧੇਰ ਕੈਨੇਡਾ ਵਧੀਆ ਬਾਈ ਫਾਈਨਲ ਮੈਚ ਆ ਕਰ ਦਿਓ ਸ਼ੇਅਰ ਬਹੁਤ ਤਕੜਾ ਮੈਚ ਲੱਗਣਾ ਵੀਰੇ 0-3 ਸਕੋਰ ਆ ਜੀ 3 ਰੈਕੋਰਡ ਦੇ ਸੁਹਾਜਪੁਰੀ 7-3 ਸਕੋਰ ਉੱਧਰ ਅਜੇ ਖਾਤਾ ਨਹੀਂ ਖੋਲਿਆ ਵੀਰੇ ਬੁਰਜ ਭਲਾਈ ਵਿੰਦੀ ਟੀਮ ਦਾ ਸਚਿਨ ਦਾ ਇਧਰ 3-1 ਦੀ ਜਿਹੜੀ ਖੇਡ ਆ ਉਹ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ 3 ਨੰਬਰ ਆ ਰਾਏਕੋਟ ਦੀ ਟੀਮ ਦੇ ਔਰ ਬੁਰਜ ਭਲਾਈ ਦੀ ਟੀਮ ਦਾ ਨੰਬਰ ਜਿਹੜਾ 1 ਆ ਰਾਏਕੋਟ ਦੇ ਜਿੰਦਰ ਵਰਗੇ ਗੋਪੀ ਵਰਗੇ ਦੁਨੀਆ ਦੇ ਤਰਾਂਤਰ ਜਿਹੜੇ ਖਿਡਾਰੀ ਨੇ ਔਰ ਪਹਿਲਾ ਚੈਣਿਆਂ ਦੇ ਨਾਲ ਬਹੁਤ ਤਕੜਾ ਮੈਚ ਲੱਗਿਆ ਮੁੰਡਿਆਂ ਦਾ ਤੇ ਬਾਕੀ ਰਿਕਾਰਡ ਤੋੜ ਦਿੱਤੇ ਮੁੰਡਿਆਂ ਨੇ ਵੱਡੇ ਉਲਟ ਫੇਰ ਹੋਏ ਆ ਮੈਨੂੰ ਪਤਾ ਵਰਿੰਦਰਾ ਮੈਂ ਕੁੱਟ ਖਾ ਲੂ ਕਿਸੇ ਨਾ ਕਿਸੇ ਕਿਉਂਕਿ ਮੈਂ ਬੋਲ ਦੇਣਾ ਅਗਲਾ ਕੋਈ ਚੱਲ ਪਿਆ ਮੋਟੇ ਊ ਕਿਆ ਪਿਆ ਕੁਛ ਮੇਰੇ ਤੇ ਲਾਓ ਤੇ ਸਾਰਾ ਗੁੱਸਾ ਜਾ ਵਰਿੰਦਰ ਜੀ ਬਾਹਰ ਦਿਨ ਛੱਡਿਆ ਹੈ ਆਪਾਂ ਨੂੰ ਵਰਿੰਦਰ ਮੈਂ ਇੱਕ ਗੱਲ ਮੰਨਿਆ ਬਾਬੇ ਤੈਨੂੰ ਵਾਸੀ ਨਹੀਂ ਕਦੇ ਵੀ ਤੁਸੀਂ ਵਾਸੀ ਤਾਂ ਮੈਂ ਲੈ ਹੈਂ ਲੈ ਜਾ ਮੈਂ ਕੀ ਗੱਲ ਮੈਂ ਪਰ ਦੇਖਿਆ ਨਹੀਂ ਕਦੇ ਵੀ ਮੈਂ ਤਾਂ ਵਰਿੰਦਰ ਭਾਈ ਤਾਂ ਮੈਂ ਹੀ ਬੜਾ ਯਾਰ ਮੈਂ ਤਾਂ ਸੋਹਣ ਲੱਗਿਆ ਲੈ ਜਿਵੇਂ ਬਸ ਮੈਂ ਧੰਨਰੀ ਮੂੰਹ ਧੋ ਲੈ ਦੇ ਪਹਿਲਾਂ ਹਾਂਜੀ ਹਾਂਜੀ ਲਾਲੀ ਕੀ ਹਾਲ ਆ ਬਾਈ ਲਾਲੀ ਫਾਈਨਲ ਮੈਚ ਆ ਦਿਲ ਸਾਹਿਬ ਜੀ ਪੰਜ ਹੋ ਗਏ 3-1 ਹੈ ਜੀ ਠੀਕ ਹੈ ਜੀ 17 ਤੇ ਆਈ ਆਪਾਂ 19 ਤੇ 19 ਦੀ ਪ੍ਰੈਸ ਜਾ ਕਰ ਲਾਲੂ ਵਾਲੀ ਹੈ ਕਹਿੰਦਾ ਕਿਵੇਂ ਆ ਫਿਰ ਲਾਲ ਉਧਰ ਸਾਡੀ ਜ਼ਿੰਦਗੀ ਦਾ ਮਾਣ ਆ ਭਰਾ ਸਾਡਾ ਵੱਡਾ ਵੀਰ ਪ੍ਰਿੰਸ ਆ ਆਲੂ ਵਾਲ ਪਿੰਡ ਤੋਂ ਵੀ ਲਾਈਵ ਜੁੜੇ ਨੇ ਮੈਚਾਂ ਦੇ ਨਾਲ ਤੇ ਉਸ ਵੀਰ ਦਾ ਵੀ ਆਪਾਂ ਦਿਲੋਂ ਧੰਨਵਾਦ ਕਰਦੇ ਹਾਂ ਉਹ ਵੀਰ ਕਹਿੰਦੇ ਵੀ ਥੋੜ੍ਹੇ ਜਿਹੇ ਸਮੇਂ ਆਪਾਂ ਵੀ ਮੇਲਾ ਕਰਵਾਉਣਾ ਪਿੰਡ ਦੇ ਵਿੱਚ ਤੇ ਬਾਬਾ ਮੇਹਰ ਕਰੇ ਸੱਚੇ ਪਾਤਸ਼ਾਹ ਲਾਵਾਂਗੇ ਰੌਣਕਾਂ ਪਰ ਅੱਜ ਜਿਹੜਾ ਮੈਚ ਹੈ ਖਿਆਲੀ ਚਹਿਲਾਂ ਵਾਲੀ ਔਰ ਇੱਕ ਚੋਟੀ ਦਾ ਭਰਾਵਾਂ ਨੇ ਟੂਰਨਾਮੈਂਟ ਕਰਵਾਇਆ ਬਹੁਤ ਚੋਟੀ ਦੇ ਪ੍ਰਬੰਧ ਕੀਤੇ ਨੋ ਡਾਊਟ ਔਰ ਗੱਲਬਾਤ ਜਿਹੜੀ ਟਿਕਾਣੀ ਲਾਈ ਹੈ ਵੀਰਾਂ ਨੇ ਵਾਹਿਗੁਰੂ ਅੱਗੇ ਅਰਦਾਸ ਪ੍ਰਮਾਤਮਾ ਸੱਚੇ ਪਾਤਸ਼ਾਹ ਕੇ ਵੀ ਨਗਰ ਦਿਨ ਦੁੱਗਣੀ ਲੱਗ ਚੌਕੜੀ ਤਰੱਕੀਆਂ ਕਰੇ ਔਰ ਵੱਧ ਤੋਂ ਵੱਧ ਮੁੰਡੇ ਜਿਹੜੇ ਖੇਡਾਂ ਦੇ ਨਾਲ ਜੁੜਨ ਬਹੁਤ ਸੋਹਣਾ ਗਰਾਊਂਡ ਵੀ ਬਹੁਤ ਸੋਹਣਾ ਨਗਰ ਕੋਲੇ ਇਹ ਗੱਲ ਕੋਈ ਸ਼ੱਕ ਨਹੀਂ ਬਈ ਸਕੂਲ ਦੀ ਬਿਲਡਿੰਗ ਬਹੁਤ ਵਧੀਆ ਮੁੰਡਿਆਂ ਨੇ ਜਿਹੜੀ ਤਿਆਰ ਕੀਤੀ ਹੈ ਤੇ ਪਾਰਕ ਵਗੈਰਾ
ਆਪਾਂ ਦੇਖੀਏ ਵੀ ਜਦੋਂ ਬੱਚਾ ਆਉਂਦਾ ਨਾ ਸਕੂਲ ਦੇ ਵਿੱਚ ਤੇ ਐਨ ਪੂਰਾ ਮਨ ਲੱਗਦਾ ਪੜ੍ਹਨ ਨੂੰ, ਮੱਲੋ ਮੱਲੀ ਜੀ ਕਰਦਾ ਹੈ, ਪਰ ਬਾਲ ਜਿਹੜੀ ਇਹਨਾਂ ਹੈ ਨੰਬਰ ਚੌਥਾ ਮੁੰਡੇ ਦੇ ਚੈਣੇ ਵਾਲ ਬੁਰਜ ਭਲਾਈ ਤੋਂ ਹਰ ਗਈ ਉਰੇ ਸੈਮੀ ਮੈਚ ਤੁਸੀਂ ਕਿਉਂ ਬੰਦ ਕੱਢਿਆ ਬੰਦੇ ਵਧੀਆ ਵਧੀਆ ਸਾਹਿਲ ਦੇਵਾਲ ਵਧੀਆ ਬਈ ਹਾਂਜੀ ਹਾਂਜੀ ਫਾਈਨਲ ਆ ਵੀਰੇ ਮੇਰੇ ਹਿਸਾਬ ਨਾਲ ਦੋ ਚਾਰ ਸਕੋਰ ਹੋ ਗਏ ਬਾਈ ਤਿੰਨ ਚਾਰ ਜਾਂ ਦੋ ਚਾਰ ਸਕੋਰ ਆ ਜੀ ਮੈਚ ਜਿਹੜਾ ਬਹੁਤ ਚੋਟੀ ਦਾ ਖੇਡਿਆ ਜਾ ਰਿਹਾ ਤਕੜਾ ਫਾਈਨਲ ਆ ਵੀਰੇ ਸ਼ੇਅਰ ਕਰ ਦਿਓ ਜੀ ਦੋ ਤੇ ਚਾਰ ਦੀ ਜਿਹੜੀ ਖੇਡ ਆ ਉਹ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ ਦੋ ਨੰਬਰ ਬੁਰਜ ਭਲਾਈ ਬਿੰਦੀ ਦੀ ਟੀਮ ਦੇ ਔਰ ਦੂਸਰੀ ਸਾਈਡ ਦੇ ਨੰਬਰ ਜਿਹੜੇ ਚਾਰ ਆ ਮਿੱਤਰਾਂ ਖੇਡ ਗਰਾਊਂਡ ਦੇ ਅੰਦਰ ਇੱਕ ਸਿਰੇ ਦਾ ਜਿਹੜਾ ਮੈਚ ਖੇਡਿਆ ਜਾ ਰਿਹਾ ਹੈ ਬੁਰਜ ਭਲਾਈ ਪਿੰਡ ਸਾਡੇ ਯਾਰ ਸਿਮਰੇ ਸਰਪੰਚ ਦਾ ਪਿੰਡ ਆ ਜਿਹੜੀ ਗੱਲ ਉਹ ਜੱਟ ਨੇ ਕਹਿੰਦੀ ਉਹ ਵੀ ਤੇ ਪੱਥਰ ਤੇ ਲੀਕ ਆ ਮਿੱਤਰਾਂ ਇਹ ਗੱਲ ਜਿਹੜੀ ਸੱਚੀ ਆ ਔਰ ਸਾਹਮਣੇ ਮੈਂ ਵੇਖਦਾ ਵੀ ਮੈਚ ਬੜਾ ਜਾਨਦਾਰ ਖੇਡਿਆ ਜਾ ਰਿਹਾ ਫਾਈਨਲ ਮੈਚ ਆ ਵੀ ਹੁਣ ਮਨਸੂਬੇ ਨੇਕ ਤੇ ਬੰਦਾ ਕੀ ਨਹੀਂ ਕਰ ਸਕਦਾ ਟਾਕੋ ਵਾਲੀ ਆ ਬੂੰਦ ਬੂੰਦ ਨਾਲ ਸਾਗਰ ਭਰ ਸਕਦਾ ਉਸ ਡਾਢੇ ਦੇ ਲੜ ਲੱਗ ਕੇ ਤੇ ਬੇੜੀ ਤਰਦੀ ਹੁੰਦੀ ਹੈ ਆਓ ਤੁੜਕਾ ਤੁੜਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ ਆਓ ਤੁੜਕਾ ਤੁੜਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ ਤੁੜਕਾ ਤੁੜਕਾ ਕਰਕੇ ਜਿਹੜੀ ਅੰਬਰੀ ਚੜ੍ਹਦੀ ਹੈ ਜੱਸਾ ਆਇਆ ਤੀ ਬਈ ਹਰ ਗਿਆ ਤੀ ਮਾਨ ਖੇੜੇ ਨੂੰ ਲੱਖੀ ਸੇਖੋਂ ਵੀਰੇ ਸਕੋਰ 4-2 ਆ ਜੀ 4-2 ਚੈਣੇਵਾਲ ਹਰ ਗਈ ਬੁਰਜ ਭਲਾਈ ਨੂੰ ਸੈਮੀ ਫਾਈਨਲ ਵੀਰੇ ਓਏ ਰਾਈਟ ਬਾਲ ਦੱਸਾਂ ਰੈਸਰ 'ਚ ਹੀ ਖੇਡਿਆ ਸੀ ਵੀਰੇ ਆਊਟ ਆ ਵਕੀਲ ਥੋੜ੍ਹੀ ਜਿਹੀ ਆਊਟ ਆਊਟ ਆ ਥੋੜ੍ਹੀ ਜਿਹੀ ਆਊਟ ਆ ਬਾਲ ਆਊਟ ਆਊਟ ਬਾਲ ਸ਼ੇਰੂ ਨਹੀਂ ਆਇਆ ਵੀਰੇ ਹਾਂ ਦੇਖੋ ਯਾਰ ਮੁੰਡਿਆਂ ਦਾ ਨੈਟਮੈਨ ਦਾ ਕਿੰਨਾ ਜ਼ੋਰ ਲੱਗ ਰਿਹਾ ਇੱਕ ਵਾਰੀ ਤਾੜੀ ਤਾਂ ਮਾਰੋ ਯਾਰ ਨੈਟਮੈਨ ਦੇ ਲਈ ਬਾਕੀ ਮੁੰਡੇ ਲਈ ਗੱਲ ਜਿਹੜੀ ਕਮਾਲ ਕਰ ਦਿੱਤੀ ਹੈ ਮੈਚ ਜਿਹੜਾ ਚੋਟੀ ਦਾ ਖੇਡਿਆ ਜਾ ਰਿਹਾ ਉਧਰ ਸਵਰਗ ਵਾਸੀ ਸਰਦਾਰ ਬਲਵਿੰਦਰ ਸਿੰਘ ਜੀ ਸਾਬਕਾ ਸਰਪੰਚ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਵੱਡਾ ਮੇਲਾ ਕਰਵਾਇਆ ਜਾ ਰਿਹਾ ਔਰ ਫਾਈਨਲ ਮੈਚ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ
अमरजीत सिंह जी पान साहब नाल भाई अमनदीप सिंह मैनेजर पवनदीप सिंह अवतार साडा बड़ा भाई है नाल भाई गुरविंदर गुरजीत चहल जी उन्होंने विशेष सहयोग ने अज का बड़ा कप करवाने मैं तो दिल दी गहराइया धन्यवाद करना है और सामने मुंडाकियां दे सत्ता सहबाज पुरी बिल्कुल तैयार बार तैयार है ठीक है ठीक है भी तू मैं देख लिया मैं लगा ना सेव होया सब का मान रखना पैंदा हैप्पी ਵਾਟ ਕਰਦੇ ਆ ਤਿੰਦੀ ਪਤਾ ਵੀਰੇ ਵੇਟ ਕਰਿਓ ਜੀ ਉਹ ਬਾਲ ਓਏ ਸਚਨ ਯਾਰ ਬਹੁਤ ਤਗੜੀ ਬਾਲ ਮਾਰੀ ਐ ਸਤੀਰ ਵਾਲੀ ਨੇ ਬਹੁਤ ਤਗੜੀ ਗੇਮ ਦਿਖਾਈ ਐ ਪਹਿਲਾਂ ਚੈਣੇਵਾਲ ਦੀ ਟੀਮ ਬਹੁਤ ਤਗੜੀ ਗੇਮ ਦਿਖਾਈ ਹੁਣ ਵੀ ਤਗੜੀਆਂ ਬਾਲਾਂ ਮਾਰੀ ਆਉਂਦਾ ਮੁੰਡਾ ਵੀਰੇ ਚੈਨਲ ਨੰਬਰ 3-5 ਸਕੋਰ ਆ ਜੀ 3 ਨੰਬਰ ਤੇ ਭਲਾਈ ਸਚਨ ਸਤੀਰ ਵਾਲੀ 5 ਔਰ 5 ਨੰਬਰ ਤੇ ਸਮਾਜ ਵੀ ਜਿਹੜੇ ਗਰਾਊਂਡ 3-5 ਸਕੋਰ ਆ ਜੀ ਉਹ ਰਾਏਕੋਟ ਦੀ ਟੀਮ ਦੇ ਆ ਟਾਲੀਆਣਾ ਗੁਰਦੁਆਰਾ ਸਾਹਿਬ ਦੀ ਜਿਹੜੀ ਚਰਚਾ ਪੂਰੀ ਦੁਨੀਆ ਭਰ ਦੇ ਵਿੱਚ ਹੈ ਔਰ ਦੁਨੀਆ ਪਿਆਰ ਕਰਦੀ ਹੈ ਬਾਕੀ ਉਸ ਨਗਰ ਨੂੰ ਤੇ ਦੂਰ ਦੁਰਾਡੇ ਤੋਂ ਦੁਨੀਆ ਜਿਹੜੀ ਉਸ ਨਗਰ ਦੇ ਵਿੱਚ ਨਮਸਤਕ ਹੁੰਦੀ ਹੈ ਇਹ ਗੱਲ ਜਿਹੜੀ ਪੱਕੀ ਹੈ ਮੇਰੇ ਮਿੱਤਰੋ ਔਰ ਸਾਹਮਣੇ ਮੈਂ ਵੇਖਦਾ ਵੀ ਰਾਏਕੋਟੀਏ ਮੁੰਡੇ ਕਮਾਲ ਕਰਦੇ ਆ ਪਿਛਲਾ ਸੀਜ਼ਨ ਮੁੰਡੇ ਖੇਡੇ ਤੇ ਦੁਨੀਆ ਨੂੰ ਦੱਸਿਆ ਵੀ ਮਿਹਨਤ ਕੀ ਚੀਜ਼ ਹੁੰਦੀ ਹੈ ਔਰ ਕਿੱਦਾਂ ਖੇਡਿਆ ਜਾਂਦਾ ਹੈ ਸਿੱਖਿਆ ਜਾਂਦਾ ਕੀ ਕੁਝ ਹੈ ਮੁੰਡੇ ਬਹੁਤ ਜ਼ੋਰ ਲਾਉਂਦੇ ਆ ਇਹ ਅੰਡਰ ਤੋਂ ਖੇਡਦੇ ਆ ਰਹੇ ਆ ਤੇ ਜਿੱਤਦੇ ਵੀ ਆ ਰਿਹਾ ਬਾਬੇ ਦੀ ਕਿਰਪਾ ਦੇ ਨਾਲ ਮਿਹਨਤ ਮੁੰਡਿਆਂ ਨੇ ਕੀਤੀ ਔਰ ਵਾਹਿਗੁਰੂ ਨੇ ਰੰਗ ਭਾਗ ਲਾਇਆ ਪਰ ਸਾਹਮਣੇ ਇੱਧਰ ਬੁਰਜ ਭਲਾਈ ਦੀ ਟੀਮ ਵੀ ਇੱਕ ਵਧੀਆ ਟੀਮ ਹੈ ਨਾਮ ਮੁੰਡਿਆਂ ਦਾ ਬਹੁਤ ਵੱਡਾ ਗਰਾਊਂਡਾਂ ਦੇ ਵਿੱਚ खड़वाली भाई हार गई थी जी ऑब्जेक्शन से कट हो गई थी खड़वाली की टीम भाई रैसर मान खेड़े नू हार गई थी जैक्सन भाई मान खेड़े नू रिंकू मुल्ले वाले नू कई फोन आ गए दस दी हजे एक दो दिन ही ਬਚਾ ਦੇ ਕੋਈ
ਬੈਪਲ ਗੱਲ ਵੀਰੇ ਰੈਕੋਰਡ ਦੀ ਟੀਮ ਨੇ ਕਰਿਆ ਸੀ ਜੈਕਸਨ ਬਾਈ ਮਾਣੀ ਦਾ ਪ੍ਰਬੰਧ ਕਰਤਾ ਲਾਈ ਹੁਣਾ ਹਲਾ ਦੀ ਛੋਟੇ ਨਹੀਂ ਨੂੰ ਹੀ ਦਾ ਨਹੀਂ ਬੋਲ ਕੁੜਦਾ ਘਟਾ ਘੜੀਸ ਦਾ ਵਾਧਾ ਜਿਹੜਾ ਦਿਨ ਬਾਈ ਆਪਣੇ ਇੱਕ ਵਾਰੀ ਧੰਦੀ ਆ ਚੜਿਆ ਤੇ ਇੱਕ ਵਾਰੀ ਬਰੂਵਲੀ ਚੜਿਆ ਉਹਦੇ ਨਾਲ ਦਿਨ ਚੜੇ ਨੇ ਗੁਰਜ ਭਲਾਈ ਚੜਿਆ ਬਹੁਤ ਚੜੇ ਨੇ ਦਿਨ ਹੁਣ ਤਾਂ ਐਂ ਚੜੇ ਪਰ ਮੈਨੂੰ ਤਾਂ ਆਹ ਦੋ ਚੜੇ ਜਿਹੜੇ ਮੈਂ ਤਾਂ 11 ਗੁਰਾਂ ਵੀ ਵੱਜੇ ਆ 11 ਵੱਜੇ ਬਈ ਦਿਨ ਦੇ ਦੂਜੇ ਦਿਨ ਦੇ ਸ਼ਾਮ ਦੇ 4 ਵੀ ਵੱਜੇ ਆ ਲੈ ਕਿਹੜੀ ਜਗ੍ਹਾ ਹੈ ਜਾਂ ਕਿੱਥੇ ਤੁਸੀਂ ਦੂਰ ਕਰਦੇ ਯੂਪੀ ਯੂਪੀ ਤਾਂ ਚਲੋ ਤਾਂ ਆਪਾਂ ਮੰਨਦੇ ਹਾਂ ਆਪਣੇ ਪੰਜਾਬ 'ਚ ਤਾਂ ਨਹੀਂ ਕੋਈ ਐਡਾ ਲੰਮਾ ਨਾ ਪੰਜਾਬ 'ਚ ਬਸ 11-12 ਹਫ਼ਤੇ ਮੈਂ ਤਾਂ ਇਕੱਲਾ ਉਹੀ ਮੈਚ ਦੇਖਿਆ ਸੀ ਕਿੱਡੇ ਗਿਆ ਜਿਹੜਾ ਉੱਥੇ ਧੰਦੀਆਲ ਅਤੇ ਬਰੂ ਵਾਲੀ ਬੁਰਜ ਭਲਾਈ 10-11 ਵੱਜ ਗਏ ਸੀ ਮੈਂ ਤਾਂ ਉਦੋਂ ਇੱਥੇ ਹੈ ਨਹੀਂ ਸੀ ਫਿਰ ਧੰਦੀਆਲ ਵੀ ਹਾਂ 9:30 ਵੱਜ ਗਏ ਹਾਂਜੀ ਹਾਂਜੀ ਫਾਈਨਲ ਆ ਨਜਿੰਦਰ ਢਿੱਲੋਂ ਜੀ ਨਿਕਲ ਜੇ ਬਹੁਤ ਮੁਸ਼ਕਿਲ ਵਾਲੀ ਮਿਹਨਤ ਪਾ ਮੰਨੇ ਗਿਆ ਪ੍ਰਸ਼ਾਂਤ ਨੂੰ ਘਟਾ ਦੇ ਪੱਕੀ ਗੱਲ ਦੇਖਿਆ ਨਾ ਅਮਰਗੜ ਦਾ ਮੱਖਣ ਮੱਖਣ ਵਾਲਾ ਪਲੇਅਰ ਬੜਾ ਮੱਖਣ ਹੈ ਤਾਂ ਉਹ ਵਿਚਾਰਾ ਪੁਲਿਸ ਦਾ ਖੇਡਣਾ ਕਰੀ ਜਾਂਦਾ ਸਾਬਤ ਕੀ ਕਰਨਾ ਚਾਹੁੰਦਾ ਉਹਦੇ ਤੋਂ ਕੀ ਕਰ ਗਿਆ ਗੱਲਾਂ ਬਾਤਾਂ ਵੈਸੇ ਕਦੇ ਕਦੇ ਹੋ ਜਾਏਗਾ ਕਰਾਂਗੇ ਕਦੇ ਕਿਹਦਾ ਕਰ ਲਾ ਕਰੇ ਕਦੇ ਕਦੇ ਕੁਛ ਕਰ ਦੇਗਾ ਕੁਛ ਕਰ ਦੇਗਾ ਇਹਦੇ ਨਾਲ ਚਲੋ ਵਿਊ ਆ ਜਾਂਦੇ ਚੈਨਲ ਨਾਲ ਮੇਰੇ ਅੱਗੇ ਮੈਂ ਵੀ ਦੇਖ ਲਾ ਮੈਨੂੰ ਕਿੰਨੀ ਜਿਹੜੀ ਦਿਖਦੀ ਚੈਣੇ ਵਾਲ ਹਰ ਗਈ ਵੀਰੇ ਬੁਰਜ ਭਲਾਈ ਨੂੰ ਜੀ ਦੂਜੇ ਪਾਸੇ ਬੁਰਜ ਭਲਾਈ ਟੀਮ ਆ ਸਚਨ ਸਤੀਰ ਵਾਲੀ ਖੇਡਦਾ ਵੀਰੇ ਮੈਨੂੰ ਨਹੀਂ ਪਤਾ ਮੇਰੇ ਤੇ ਕਿੰਨੇ ਲਾਈਕ ਪਹੁੰਚ 20-22 ਮਿੰਟ ਹੋਇਆ ਉਹਦਾ ਗੱਲ ਕਰ ਇੱਕ ਬੰਦਾ ਲਾਈਵ ਨਹੀਂ ਹੋਇਆ ਨਹੀਂ ਤਾਂ ਗੱਲ ਵੱਧ ਜਾਂਦੀ ਉਹਦਾ ਇਨਵਾਈਟ ਕੀਤਾ ਹੋਈ ਵੀ ਨਹੀਂ ਕੁਛ
60,000 ਫੋਲੋਵਰ ਵਜਾ ਦੇ ਠੀਕ ਹੈ ਠੀਕ ਹੈ ਪ੍ਰਿੰਸ ਬਾਈ ਪੁਆਇੰਟ ਕਰਦੇ ਆ ਪਤਾ ਵੀਰੇ ਮੇਰੇ ਹਿਸਾਬ ਨਾਲ 3-9 ਆ ਬਾਈ ਜਾਂ 4-9 ਕਿ ਵੱਧ ਆ ਕਿੰਨੇ ਸਕੋਰ ਆ ਦਿਲਸ਼ਾਦ 4-9 ਸਕੋਰ ਆ ਜੀ 4-9 ਬਾਈ 19 ਦੀ ਗੇਮ ਹੈ ਸਾਡੇ ਸੀਸ ਕੋਨੇ 700 ਬੰਦੇ ਨੇ ਦੇਖ ਲਏ ਬਹੁਤ ਆ 70 ਕਮੈਂਟ ਆ ਕੇ 3 ਬੰਦੇ ਨੇ ਸ਼ੇਅਰ ਕਰਤਾ ਇੰਨੀ ਤਾਂ ਬਹੁਤ ਆਪਾਂ ਨੂੰ ਮੇਰਾ ਇਰਾਦਾ ਹੈ ਵੀ ਜਿੱਥੇ ਜਾ ਕੇ ਟੂਰਨਾਮੈਂਟ ਹਰੇਕ ਥਾਂ 'ਤੇ ਲਾਈਵ ਹੋਏਗਾ ਨਾਲੇ ਫਿਰ ਮੈਂ ਲਾਈਵ ਕਰਨਾ ਸਿੱਖ ਲੂੰ ਕਈ ਵਾਰੀ ਅੜੇ ਗੁੜੇ ਗੁੱਡੇ ਲਾਈਵ ਕਰਨਾ ਪੈ ਸਕਦਾ ਅੱਜ ਪੇਜ ਫਿਰ ਮੇਰਾ ਪੇਜ ਮੋਨੋਟਾਈਜ਼ ਹੋ ਜੂ ਮੇਰੇ ਕਿੰਨੇ ਫੋਲੋਵਰ ਹੋ ਜਾਣਗੇ 10,000 ਤਾਂ ਹੋ ਹੀ ਜਾਊ ਨੌਜਵਾਨਾਂ ਤੇ ਫਰਕ ਕੱਢਿਆ ਵੀ ਜਾ ਸਕਦਾ ਇਹ ਗੱਲ ਜਿਹੜੀ ਪੱਕੀ ਆ ਨੌਜਵਾਨਾਂ ਹੈ ਔਰ ਵੱਡੇ ਵੱਡੇ ਮੇਲੇ ਆਪਣੇ ਦਮ ਦੇ ਸਿਰ ਤੇ ਜਿੱਤੇ ਆ ਆਓ ਸਾਹਮਣੇ ਮੈਂ ਵੇਖਦਾ ਗਰਾਊਂਡ ਦੇ ਅੰਦਰ ਇੱਕ ਅਮਰਿੰਦਰਜੀਤ ਸਿੰਘ ਨੇ 500 ਰੁਪਏ ਬੋਲਿਆ ਸੀ ਚੜ੍ਹਨ ਵਾਲ ਦੇ ਟੀਮ ਲਈ 2100 ਬੋਲਿਆ ਸੀ ਕੋਈ 2100 ਬੋਲੇ 2100 ਰੁਪਇਆ ਉਹ 2100 ਰੁਪਇਆ ਆਪ ਹੀ 2100 ਬੋਲਿਆ ਸੀ 2100 ਮੈਂ ਪੁੱਛਿਆ ਸੀ ਮੈਂ ਕਿਹਾ ਬਈ ਉਹ ਪਾਣੀ ਵਾਲਾ ਦਾ ਭੇਜਤਾ ਸੀ ਉਹਨੇ ਉਹ ਪਾਣੀ ਵਾਲੇ ਦਾ ਮੈਂ ਉਹਨੂੰ ਪੁੱਛਿਆ ਸੀ ਬਾਈ ਨੂੰ ਮੈਂ ਕਿਹਾ ਬਈ ਮੈਨੂੰ ਹੀ ਭੇਜੋਗੇ ਚੈਣੇ ਵਾਲ ਦਾ ਵੀ ਉਹ ਕਹਿੰਦਾ ਵੀ ਮੈਂ ਹਜੇ ਵਧਾਉਂਗਾ ਪੈਸੇ ਚੈਣੇ ਵਾਲ ਦੀ ਮੈਂ ਸਿੱਧੇ ਪਾ ਦੂੰਗਾ ਤੁਹਾਡੇ ਨਾਲ ਹੈਗਾ ਸੰਪਰਕ 'ਚ ਬਾਈ ਘੁਰਕਣੀ ਪਿੰਡ ਉਹਦਾ ਕਰ ਲਿਓ ਮੈਸੇਜ ਤੁਸੀਂ 2100 ਸੀਗਾ ਉਹ 2100 ਸੀ 500 ਰੁਪਏ ਤੋਂ ਪਾਣੀ ਵਾਲੇ ਬਾਈ ਉਹ ਪਾਣੀ ਨਾਲੋਂ ਮੈਂ ਦੇਤਾ ਸੀ ਨਾਲ ਹਾਂਜੀ 2100 ਸੀ 2100 ਸੀ 4 ਸਕੋਰ ਕਿੱਧਰ ਸੀ ਕਰ ਲਿਓ ਸੰਪਰਕ ਉਹਦੇ ਨਾਲ ਬਾਈ ਨਾਲ ਨਹੀਂ ਮੇਰੇ ਕੋਲ ਨੰਬਰ ਹੈਗਾ ਮੈਂ ਕਰ ਦੂੰ ਕੋਈ ਚੱਕਰ ਮੈਨੂੰ ਨਹੀਂ ਨਹੀਂ 7-8 ਤਾਂ ਪਹਿਲੀ ਸੀ ਸਤਿ ਸ਼੍ਰੀ ਅਕਾਲ ਜੀ ਤਰਨੀ ਸੰਧੂ ਅਲਕੜਾ ਜੀ ਸੂਰਜ ਤੋਂ ਪਹਿਲਾਂ ਨਮੇੜ ਦੇ ਹਾਂ ਨਮੇੜ ਦੇ ਨਮੇੜ ਦੀ ਫਿਰ ਮੰਨੇ ਗਿਆ ਸੂਰਜ ਤਾਂ ਨਿਕਲ ਆਇਆ ਮਾਣ ਖੇੜੇ ਨੂੰ ਹਰ ਗਿਆ ਸੀ ਜੀ ਮਰੀਕ ਤੂੰ ਯਾਰ ਪੰਪ ਲਿਆ ਦੇ ਹੁਣ ਮੈਨੂੰ ਉਹ ਦੇ ਲਾ ਪੀਲਾ ਪੀਲਾ ਦਾਸ ਵਾਲਾ ਹੀ ਚਮਕਦਾ ਪੰਪ ਉਹ
ਪੰਪ ਲਿਆ ਦੇ ਨਵਾਂ ਯਾਰ ਪੰਪ ਨਵਾਂ ਲੈ ਦੇ ਲੱਖ ਪੈਸੇ ਕਿੰਨੇ ਚੈੱਕ ਕੱਟ ਕੇ ਦਿੱਤਾ ਦਿੱਤੇ ਆ ਤੈਨੂੰ ਪੈਸੇ ਦੱਸ ਕਿੱਥੇ ਆਏ ਨਹੀਂ ਹੁਣ ਟੂਰਨਾਮੈਂਟ ਦੇ ਦਿੱਤੇ ਨੇ ਦਿੱਤੇ ਨੇ ਤੇਰੀ ਸੌਂ ਲੱਗੀ ਮੈਂ ਕਮਾਲ ਆ ਯਾਰ ਨਹੀਂ ਯਾਰ ਆਇਆ ਨਹੀਂ ਨਹੀਂ ਮਜ਼ਾਕ ਦੀ ਗੱਲ ਗਰੀਬ ਮਾਰਨਾ ਕਰ ਤੂੰ ਕਿਹਾ ਸੀ ਯਾਰ ਮੈਂ ਤੂੰ ਪੈਸੇ ਦੇ ਦੂੰਗਾ ਨਹੀਂ ਕਿਹਾ ਹੀ ਸੀ ਤਾਂ ਦਿੱਤੇ ਲਿਓ ਗੱਲਾਂ ਹੀ ਦੀਆਂ ਹੁਣ ਤਾਂ ਮੇਰਾ ਆ ਵੀ ਨਹੀਂ ਚੱਕਣ ਨੂੰ ਜੀ ਕਰਦਾ ਦਿਮਾਗ ਚੋ ਡਿੱਗਿਆ ਜੌਨੀ ਕੈਨੇਡਾ ਨੇ ਸਟਾਰ ਭੇਜਿਆ ਬਹੁਤ ਧੰਨਵਾਦ ਜੀ ਜੌਨੀ ਬਧੇਰ ਜੀ ਨੈਕਸਟ ਟੂਰਨਾਮੈਂਟ ਹੈਗਾ ਵੀਰੇ 13 ਤਰੀਕ ਨੂੰ ਆਲ ਓਪਨ ਦਾ ਟੂਰਨਾਮੈਂਟ ਆ ਜੀ 1,11,000 ਫਸਟ ਪ੍ਰਾਈਜ਼ ਆ ਵੀਰੇ ਸੋਨੀਪਤ ਦੇ ਲਾਗੇ ਰਾਮਪੁਰ ਕੁੰਡਲ ਟੂਰਨਾਮੈਂਟ ਆਉਣਾ 13 ਤਰੀਕ ਨੂੰ ਵੀਰੇ ਅੱਜ ਰੈਸਟ ਆ ਕੱਲ੍ਹ ਨੂੰ ਰੈਸਟ ਆ ਪਰਸੋਂ ਨੂੰ ਮੈਂ ਦਿਖਾਵਾਂਗੇ ਤੁਹਾਨੂੰ ਆਲ ਓਪਨ ਦੇ ਬਹੁਤ ਤਕੜੇ ਸੈੱਟ ਬਣ ਕੇ ਜਾਣਗੇ ਬਾਈ ਪੰਜਾਬ ਦਿੱਲੀ ਹਰਿਆਣਾ ਯੂਪੀ ਦੇ ਸਟਾਰ ਪਲੇਅਰ ਖੇਡਣਗੇ 1,11,000 ਦੇ ਫੈਸਲੇ ਹੋਣੇ ਆ ਰਾਮਪੁਰ ਕੁੰਡਲ ਵੀਰੇ ਪਰਸੋਂ ਨੂੰ 13 ਤਰੀਕ ਨੂੰ ਜੀ ਆਉਣ ਵਾਲਾ ਟੂਰਨਾਮੈਂਟ ਉਦੋਂ ਬਾਅਦ 20 ਤਰੀਕ ਨੂੰ ਦਿੱਲੀ ਦੌਲਤਪੁਰ ਦੇ ਪਿੰਡ ਟੂਰਨਾਮੈਂਟ ਆ ਜੀ ਉਦੋਂ ਬਾਅਦ 27 ਤਰੀਕ ਨੂੰ ਨਰੈਣਗੜ੍ਹ ਟੂਰਨਾਮੈਂਟ ਆ ਜੀ ਇਹ ਆਉਣ ਵਾਲੇ ਟੂਰਨਾਮੈਂਟ ਆ ਜੀ ਕੋਈ ਹੋਰ ਟੂਰਨਾਮੈਂਟ ਆਇਆ ਤਾਂ ਅਪਡੇਟ ਪਾ ਦਿਆਂਗੇ ਪੇਜ 'ਤੇ ਬਾਈ 13 ਨੂੰ ਇੱਕ ਉੱਥੇ ਦਿਖਾਤਾ ਨਾ ਉਹਨਾਂ ਨੇ ਫਿਰ ਉਰੇ ਬਈ ਸੋਨੀ ਤੇਰੇ ਇਲਾਕੇ 'ਚ ਟੂਰਨਾਮੈਂਟ ਰਖਾਈਏ ਫਿਰ ਮੰਨੇਗਾ ਸੰਗਤਾਂ ਨੂੰ ਲਾਈਏ ਹੁੰਦਾ ਫਿਰ ਕਿਸੇ ਨੂੰ ਆਪਣਾ ਪਿੰਡ ਕਰਾਈ ਦੂਜੇ ਨੂੰ ਲਈ ਜਾਈਗੇ ਇੱਕ ਇਹਨੂੰ 3 ਸਾਲ ਹੋ ਗਏ ਕਰਦੇ ਨੂੰ ਅਸੀਂ ਸੋਨੀ ਆਪਾਂ ਕਰਾਵਾਂਗੇ ਬਾਈ ਆਪਾਂ ਕਰਾਵਾਂਗੇ ਬਾਈ ਪਿੰਡ ਪੱਕਾ ਕਰਾਵਾਂਗੇ ਕਦੇ ਕਹੂ 11,000 ਰੱਖ ਕੇ ਕਰਾ ਦੇ ਕਦੇ ਕੋਈ 6,500 ਰੱਖ ਕੇ ਕਰਾ ਦੇ ਮੈਂ ਤੈਨੂੰ ਅੱਜ ਦੱਸਿਆ ਸੀ ਨਾ ਤੜਕ ਅੱਜ ਗੱਡੀ 'ਚ ਆਉਂਦਾ ਹੈ ਰੌਲਾ ਉਹੀ ਗੱਲ ਦਾ ਪਿਆ ਟੂਰਨਾਮੈਂਟ ਕਰਾਉਣਾ ਬਾਹਲੀ ਵੱਡੀ ਗੱਲ ਨਹੀਂ ਚਾਰ ਜਣੇ ਵਾਲੀਬਾਲ ਖੇਡਦੇ ਤੇ ਕੈਨੇਡਾ ਦੇ ਪੀਆਰ ਨੂੰ ਸੋਬੇ ਦਾ ਹੀ ਟੂਰਨਾਮੈਂਟ ਮੈਂ ਤਾਂ ਕਦੇ ਸੁਣਿਆ ਨਹੀਂ ਵੀ ਜੈਮਲ ਸਿੰਘ ਵਾਲੇ ਟੂਰਨਾਮੈਂਟ ਸਾਡੇ ਹੁੰਦੀ ਸਾਡੇ ਦਾ ਕੋਈ ਖੇਡਦਾ ਮੈਂ ਤੈਨੂੰ ਲੱਗੇ ਕੱਲਾ ਨੈਟ ਲੱਗਾ ਰਹਿ ਗਿਆ ਹੁਣ ਇਹ ਟੂਰਨਾਮੈਂਟ ਕਰਾਉਣ ਨੂੰ ਕਿੱਡੀ ਗੱਲ ਮੜਾ ਜਿਹਾ ਹੁਣ ਦੇ ਪੈਰਾਂ ਸਿਰ ਪਾ ਕਰਦੇ ਜਿਹੜੀ ਗੇਮ ਆਪਾਂ ਜੁੜੇ ਹੋਏ ਆ ਹੁੰਦਾ ਰਹੇ ਉਹਦਾ ਉਹ ਸਕੋਰ ਲੱਗਾ ਜਿਹਨੂੰ ਮੈਂ ਹੱਥ ਲਾਇਆ ਸੀ ਹੈ ਸੱਚ ਮੈਂ ਜਿਹਨੂੰ ਹੱਥ ਲਾਇਆ ਉਹ ਸਕੋਰ ਲੱਗਿਆ ਅੱਜ ਕੱਲ੍ਹ ਪੂਰਾ ਬਾਬਾ ਬਿਰਾਜਮਾਨ ਹੈ ਸੇਦਾਸ ਆ ਬਾਈ ਸੇਦਾਸ ਕੋਰ ਆ ਜੀ ਸੇਦਾਸ ਗੁਰਭੇਜ ਬੁੱਟਰ ਬਾਈ ਗੁਰਭੇਜ ਬੁੱਟਰ ਕਿਹੜਾ ਬਾਈ ਕੈਨੇਡਾ ਵਾਲਾ ਨੱਥੋ ਵਾਲੀ ਆ ਬਾਈ 6-10 ਕੋਰ ਆ ਜੀ ਉਹ ਬਾਲ ਓਏ ਮੁੰਡਾ ਯਾਰ ਗੋਪੀ ਹਾਈਕੋਰਟ ਦੀ ਧਰਤੀ ਦਾ ਦੁਨੀਆਂ ਦਾ ਇੱਕ ਚੋਟੀ ਦਾ ਖਿਡਾਰੀ ਹੈ ਔਰ ਮਾਣ ਕਰਦੀ ਹੈ ਦੁਨੀਆ ਮੁੰਡੇ ਦੀ ਖੇਡ ਦੇ ਉੱਤੇ ਆਉਣ ਵਾਲੇ ਸਮੇਂ ਦਾ ਇੱਕ ਵੱਡਾ ਮੱਲ ਹੋਵੇਗਾ ਸਟਾਰ ਤੇ ਹੈਗੇ ਆ ਗੱਭਰੂ ਤੇ ਬਾਬਾ ਸੁੱਖ ਰੱਖੇ ਪ੍ਰਮਾਤਮਾ ਤੇ ਗੱਭਰੂ ਨੇ ਇੱਕ ਦਿਨ ਸੁਪਰ ਸਟਾਰ ਬਣ ਜਾਣਾ ਇਹ ਗੱਲਾਂ ਜਿਹੜੀਆਂ ਸੱਚੀਆਂ ਨੇ ਇੱਧਰ ਸੱਚਣ ਦਾ ਕਹਿੰਦੇ ਸਤੀਰ ਵਾਲੀ ਪਿੰਡ ਆ ਮੁੰਡਾ ਵੀ ਬਾਰਡਰ ਦੇ ਇਲਾਕੇ ਦਾ
बड़ी दूरी तय करके आया नौजवान अज के इस वे मेले के उत्ते पुजा फाइनल मैच खेला जा रहा है और केड़ी टीम ने जितना एक कुछ एक समय ने जरा तय कर देना बाबे की कृपा के नाल हर मेला सफलता वाल जरा वाधा जा रहा है। सत दस स्कोर हो गए बरी सत दस हाँ जी हाँ जी भरी नाग सिद्धू क्लब सरी की आला बई बहुत तगड़ा फाइनल है भरी दस से सत्त स्कोर आ जी दस सुभाषपुरी है छत्ते दे रैकोट की टीम के सत्त स्कोर बिंदी बुरज भलाई टीम के सजन स्तीर वाली दे दस से सत्त की टक्कर वधिया वधिया बई वधिया जी हां जी हां जी दिन चढ़ गया बरे जवानों सुनिया देखे तो चल है नहीं जस्सा हर गया इवरे मान खरीड़ी उन्होंने जी ओला शूर लाली फड़दा गुड मॉर्निंग जी वाली पेंटर जी गुड मॉर्निंग ओ बाल ओए सचन यार बहुत तगड़ी बाल 9-10 स्कोर हो गए भाई 9-10 दी टक्कर 9-10 खड़ा कर दिता है कि भाई दिलों ताड़ी मारो यार देखो कितना जोर ला रहे हैं मुंडे
ਗਰਾਊਂਡ ਦੇ ਅੰਦਰ ਔਰ ਐ ਨਾ ਕਰੋ ਮਿੱਤਰਾ ਨਹੀਂ ਤੇ ਉਵੇਂ ਕਰਨਾ ਪੈ ਜਾਂਦਾ ਕਈ ਵਾਰੀ ਇਹ ਗੱਲ ਜਿਹੜੀ ਪੱਕੀ ਆ ਸਹੀ ਆ ਗੁਰਜੀਤ ਵੀਰੇ ਬਹੁਤ ਤਕੜਾ ਖੇਡੇ ਆਉਂਦੇ ਆ ਮੁੰਡੇ ਬੁਰਜ ਭਲਾਈ ਵਾਲੇ ਸਚਨ ਵੀ ਬਹੁਤ ਤਕੜੀ ਗੇਮ ਲਾਈ ਆਉਂਦਾ ਵੀਰੇ 11 10 ਸਕੋਰ ਹੋ ਗਏ ਜੱਸਾ ਹਾਰ ਗਿਆ ਵੀਰੇ ਲਿਖੀ ਆ ਨਾ 500 ਦਾ ਨੰਬਰ ਇੱਕ ਇਹ ਉਹ ਬਾਲ ਓਏ ਵਕੀਲ ਯਾਰ ਬਹੁਤ ਤਕੜੇ ਨੰਬਰ ਜੋੜਿਆ ਵਕੀਲ ਨੇ ਵੀ ਪਹਿਲਾਂ ਚੈਣੇ ਵਾਲੇ ਮੈਚ ਵੀ ਆਹ ਮੈਚ ਵੀ ਬਹੁਤ ਤਕੜੇ ਨੰਬਰ ਜੋੜਿਆ ਆ ਵਕੀਲ ਬੁਰਜ ਭਲਾਈ 12 ਤੇ 10 ਸਕੋਰ ਫਾਰਮੈਟ 1x ਆ ਵੀਰੇ 1x ਜੀ 12 ਤੇ 10 ਸਕੋਰ ਜੀ ਕੱਲ ਦੇ ਲੱਗੇ ਆ ਗੱਭਰੂ ਖੇਡਣ ਕੁਝ ਕੁ ਦਿਨ ਲੱਗਿਆ ਤੇ ਸਾਰੀ ਰਾਤ ਲੱਗ 12 ਤੇ 10 ਸਕੋਰ ਆ ਜੀ ਫੇਰ ਜਿਹੜਾ ਦਿਨ ਚੜਿਆ ਬਾਬਾ ਫੇਰ ਕਰੇ ਸੱਚੇ ਪਾਤਸ਼ਾਹ ਗੁੱਡ ਮਾਰਨਿੰਗ ਜੀ ਮੋਹਿਤ ਸੂਟਿੰਗਵਾਲ ਵੈਲਕਮ ਜੀ ਜੱਸੇ ਨਾਲ ਐਕਸ ਰਵੀ ਬਹਾਦਰਗੜ੍ਹ ਸੀਗਾ ਵੀਰੇ ਉਹ ਸਰਾ ਓਏ ਨਾਟੀ ਯਾਰ ਬਹੁਤ ਤਕੜੀ ਬਾਲ ਕੱਢੀ ਆ ਮੁੰਡੇ ਨੇ ਆਊਟ ਬਾਲ 10-12 ਚੇ 10-7 ਸਵਾਜਪੁਰੀ ਦੇ ਰੈਕੋਰਡ ਦੀ ਟੀਮ ਦੇ 12 ਸਕੋਰ ਬਿੰਦੀ ਬੁਰਜ ਭਲਾਈ ਸਚਨ ਸਤੀਰਾਂ ਦੀ ਟੀਮ ਦੇ 10-12 ਦੀ ਟੱਕਰ ਓਕੇ ਓਕੇ ਪ੍ਰਿੰਸ ਵੀਰੇ ਕਰ ਦਿੰਦੇ ਹਾਂ ਕੋਈ ਚੱਕਰ ਨਹੀਂ ਜੀ ਗਰਲਾਲ ਜੀ ਪਾਣੀ ਵਾਲੇ ਵੀਰ ਲਈ 500 ਭੇਜਿਆ ਬਾਈ ਪ੍ਰਿੰਸ ਧਾਲੀਵਾਲ ਕੈਨੇਡਾ ਜਲਾਲ ਦੀ ਵਾਲ ਵਾਲੇ ਓਕੇ ਜੀ ਓਕੇ ਬਹੁਤ ਬਹੁਤ ਧੰਨਵਾਦ ਮੈਂ ਤੇ ਕਰਦਾ ਸਾਡੀ ਜ਼ਿੰਦਗੀ ਦਾ ਮਾਣ ਹੈ ਵੱਡਾ ਭਰਾ ਸਾਡਾ ਪ੍ਰਿੰਸ ਧਾਲੀਵਾਲ ਕੈਨੇਡਾ ਉਸ ਵੀਰ ਵੱਲੋਂ ਪਾਣੀ ਵਾਲੇ ਵੀਰ ਦੇ ਲਈ 500 ਦੇ ਜਿਹੜੇ ਵੱਡੇ ਮਾਣ ਉਹ ਭਰਾ ਵੱਲੋਂ ਪੁੱਜਦੇ ਕੀਤੇ ਗਏ ਆ ਮਾਣ ਕੀਤੇ ਆ ਪਾਣੀ ਵਾਲਿਆਂ ਦੇ ਬੁਲਾਰਿਆਂ ਦੇ ਔਰ ਆਪਾਂ ਕਹਿੰਦੇ ਵੀ ਲਾਈਵ ਵਾਲਿਆਂ ਦੇ ਵੀ ਵੀਰ ਵੱਡੇ ਮਾਣ ਕਰਦੇ ਆ ਤੇ ਜਲਾਲ ਦੀ ਆਲ ਦੇ ਵਿੱਚ ਰੌਣਕ ਲੱਗਣਗੀਆਂ ਥੋੜਾ ਖਾ ਪੀ ਖਰਚ ਲਓ ਜੀ 500 ਰੁਪਿਆ ਕਰਤਾ ਤੁਹਾਡਾ ਪਹੁੰਚਦਾ ਜੀ ਨੱਥੋ ਵਾਲੀ ਪ੍ਰਧਾਨ ਕੋਲੇ ਜੀ ਸ਼ੁਕਰੇ ਨਾ ਹੋਈਏ ਕਿਸੇ ਦੀ ਯਾਰ ਮਾਰ ਨਾ ਕਰੀਏ ਪ੍ਰਿੰਸ ਮੈਨੂੰ ਮੈਸੇਜ ਕਰੀ ਮੜਾ ਤੇਰਾ ਨੰਬਰ ਤਾਂ ਸੇਵ ਆ ਮੇਰੇ ਕੋਲੇ ਮੈਸੇਜ ਕਰੀ WhatsApp ਤੇ ਬਈ ਇਹ ਗੱਲ ਭੇਜ ਦਿੰਦਾ ਦੁਬਾਰਾ ਤੁਹਾਨੂੰ ਮੈਂ ਪਰ ਇਧਰ ਕਹਿੰਦੇ 12-12 ਦੀ ਬਰਾਬਰੀ ਦਾ ਮੈਚ ਖੇਡਿਆ ਜਾ ਰਿਹਾ ਹੈ ਸਭ ਤੋਂ ਵੱਡਾ ਸਤਿਗੁਰੂ ਨਾਨਕ ਬੜਾ ਅੱਗਾ ਹੋ ਚੜ੍ਹ ਕੇ ਪੇੜ ਉਹ ਤਾਂ ਸਾਡੇ ਨੌ ਵਜੇ ਆਉਣਾ
ਓਏ ਬਾਲ ਓਏ ਗੋਪੀ ਆਓ ਸਾਹਮਣੇ ਆ ਕਹਿੰਦੇ ਗੋਪੀ ਆ ਮੁੰਡਾ ਰਾਏਕੋਟ ਦੀ ਧਰਤੀ ਦਾ ਨੰਬਰ 13 ਆਪਣੀ ਟੀਮ ਦੇ ਲਈ ਗਰਾਊਂਡ ਦੇ ਵਿੱਚ ਜੋੜ ਦਿੱਤਾ ਹੈ ਵੀ 13 ਦੋਣਾ 26 ਅਤੇ 26 ਰਹਿਣ ਦੇ ਸਾਡੀ ਜਿੱਥੇ ਲੱਗੀ ਆ ਉੱਥੇ ਲੱਗੀ ਰਹਿਣ ਦੇ ਜਦੋਂ ਅਸੀਂ ਜਵਾਨੀ ਵਾਲਾ ਜ਼ੋਰ ਵੀ ਪਾਪਲਾ ਫੋਟੋਆਂ ਦੇ ਬਹੁਤ ਦੇਖੀ ਇਹ ਮੈਚ ਲੀਡ ਸੀਗੀ ਪਹਿਲਾਂ ਰੈਕੋਰਡ ਦੀ ਟੀਮ ਦੀ ਵੀਰੇ 10-4 ਨਾਲ ਸਾਈਡਾਂ ਚੇਂਜ ਹੋਈਆਂ ਸੀ ਬਾਈ ਹੁਣ 12 ਬਰਾਬਰ ਆ ਮੇਰੇ ਹਿਸਾਬ ਨਾਲ ਉੱਧਰ 13 12-13 ਸਕੋਰ ਆ ਜੀ 12 ਵਰਜ ਭਲਾਈ 13 ਰੈਕੋਰਡ ਸੁਪਰ ਫਾਈਨਲ ਮੈਚ 19 ਦੀ ਗੇਮ ਆ ਜੀ ਰਵੀ ਜੱਸਾ ਹਾਰ ਗਿਆ ਸਾ ਵੀਰੇ ਮਾਨ ਖੇੜਾ ਦੇ ਰਿੰਕੂ ਮੱਲੇ ਵਾਲੇ ਲਿਆ ਉਸਤਾਦ ਮੈਨੂੰ ਵੀ ਪਾ ਲਿਆ ਪੁਆਇੰਟ 13 ਬਰਾਬਰ ਹੋ ਗਏ ਵੀਰੇ 13 ਬਰਾਬਰ ਜੀ ਇੱਧਰ 13 ਬਰਾਬਰੀ ਦਾ ਮੈਚ ਜਿਹੜਾ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਹੈ ਰਾਡੀ ਵਾਲਾ ਵੀ ਫਿੱਟ ਹੈ ਸੁਰੱਖਿਆ ਚ ਪਰਖੇ ਦੀ ਦੁਨੀਆ ਮੈਂ ਤਾਂ ਖੰਡ ਵਾਲੀ ਗੱਲ ਜਦ ਫਿਰ ਆ ਗਈ ਮੈਂ ਬੜਾ ਚੈੱਕ ਮੈਂ ਵੀ ਜਿਹੜੀ ਖੰਡ ਘੱਟ ਲੱਗੇ ਤਾਂ ਕੁੱਕ ਮਾਰ ਕੱਚਾ ਤੂੰ ਆ ਮਾਰ ਲੋ ਵਿਚਾਰੇ ਆਏ ਰੱਬਾ ਬਾਬੇ ਲੋਕਾਂ ਨੇ ਕੀ ਸੋਚਿਆ ਹੋਈ ਯਾਰ ਬਾਅਦ ਨਾ ਜਿਹੜਾ ਕੋਈ ਬੰਦਾ ਦਿਮਾਗ ਜਿਹੜਾ ਹੋਇਆ ਉਹਦੇ ਪਰ ਲੋਕਾਂ ਉਨੀਆਂ ਦੀ ਗੇਮ ਆ ਉਨੀਆਂ ਦੀ ਵੀਰੇ ਆਏ ਰੱਬਾ ਇੱਥੇ ਸੈਕੰਡ ਪ੍ਰਾਈਜ਼ ਕਿੰਨਾ ਬਾਈ ਪਤਾ ਨਹੀਂ ਬਾਈ ਯਾਰ ਅਵਤਾਰ 15-11 ਹੋ ਬਾਈ ਸੈਕੰਡ ਪ੍ਰਾਈਜ਼ ਕਿੰਨਾ ਆਪਣਾ ਸੈਕੰਡ ਪ੍ਰਾਈਜ਼ ਸੈਕੰਡ ਪ੍ਰਾਈਜ਼ ਕਿੰਨਾ ਦੂਜਾ ਪ੍ਰਾਈਜ਼ 11 ਬੈਸਟਾਂ ਨੂੰ ਕੀ ਆ ਗੁੱਡ ਮਾਰਨਿੰਗ ਜੀ ਅਜਾਇਬ ਸਿੰਘ ਜੀ ਗਿਆਰਾਂ ਬਰਾਬਰ ਫੇਰ ਚੇਂਜ ਆ ਵੀ ਓ ਸੋਰੀ 13 ਬਰਾਬਰ ਰਾਹ 13 ਬਰਾਬਰੀ ਦਾ ਮੈਚ ਜਿਹੜਾ ਗਰਾਊਂਡ ਦੇ ਵਿੱਚ ਖੇਡੇ ਜਾ ਰਹੇ ਆ ਚਾਹ ਛੱਕ ਲਓ ਬਾਈ ਚਾਹ ਆ ਗਈ ਹੈ ਜਿਹੜੇ ਵੀਰਾਂ ਨੇ ਚਾਹ ਛੱਕਣੀ ਆ ਚਾਹ ਜ਼ਰੂਰ ਛੱਕ ਲੈਣ ਬੇਨਤੀ ਭਰਾਵਾਂ ਨੂੰ ਜੇ ਕਿਤੇ ਬਿਸਕੁਟਾਂ ਦਾ ਪ੍ਰਬੰਧ ਹੋ ਜਾਏ ਔਖੇ ਆ ਮੈਨੂੰ ਤਾਂ ਲੱਗਦਾ ਵਰਿੰਦਰ ਇੱਥੇ ਸੂਰਜ ਇੱਧਰੋਂ ਚੜ੍ਹੂ ਯਾਰ ਅਸੀਂ ਕੋਈ ਇੱਦਾਂ ਹੀ ਗੁੱਡ ਮਾਰਨਿੰਗ ਜੀ ਲਾਓ ਨੰਬਰ ਮੁੰਡੇ ਨੇ 14 ਜਿਹੜਾ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ 14 ਤੇ 13 ਦੀ ਜਿਹੜੀ ਖੇਡ ਖੇਡੀ ਜਾ ਰਹੀ ਹੈ ਗਰਾਊਂਡ ਦੇ ਵਿੱਚ ਵਿੱਚ ਉਹ ਵੀ ਆਏ ਆ ਜਿਹੜੇ ਸਮੇਂ ਦੌਰਾਨ ਵਿਹਲੇ ਹੋ ਗਏ ਆ ਹੁਣ ਕੱਲ੍ਹ ਹੱਸਣ ਦੇ ਜ਼ੋਰ ਆ ਪੇਸ ਤੇ ਕੋਈ ਚੱਲਦੀ ਨਹੀਂ ਓਏ ਜਗਲੋਲਾ
ਤੰਬੂ ਦਾ ਆ ਗਿਆ ਭੈਣ ਦੀ 14 ਤੇ ਪੀਂਦਾ ਨਹੀਂ ਪਰ ਲੋਕ ਛਕੋਗੇ ਚਾਹ ਤੁਸੀਂ ਨਾਲ ਤਾਂ ਮੈਂ ਤਾਂ ਲੱਗ ਗਿਆ ਤੈਨੂੰ ਸ਼ੂਗਰ 15 ਹੋ ਗਿਆ ਨਾ ਗੋਪੀ ਜਿੰਦਰ ਜਾਂ ਸੱਤਾ ਤਗੜੀ ਬਾਲ ਮਾਰ ਕੇ ਚਾਹੇ ਸਿੰਗਲ ਲੈਣ ਚਾਹੇ ਦੋ ਦੋ ਹੱਥਾਂ ਦੀ ਟੱਪਾ ਪਾਉਂਦੇ ਆ ਤਾਂ 500 ਬਾਈ ਪ੍ਰਿੰਸ ਧਾਲੀ ਵਾਲ ਕੈਨੇਡਾ ਬੋਲ ਉਧਰ ਬਾਈ ਪ੍ਰਿੰਸ ਧਾਲੀ ਵਾਲ ਕੈਨੇਡਾ ਭਰਾ ਸਾਡਾ ਕਹਿੰਦਾ ਗੋਪੀ ਜਿੰਦਰ ਜਾਂ ਸਹਿਬਾਜਪੁਰੀ ਸੱਤਾ ਵੀਰ ਸਾਡੇ ਜੇ ਕੋਈ ਵਧੀਆ ਬਾਲ ਲਾਉਂਦੇ ਤੇ ਪਤਾ ਲੱਗੇ ਵੀ ਬਾਲ ਲੱਗੀ ਹੈ ਟੱਪਾ ਪਵੇ ਟੱਪਾ ਪਵੇ ਬਾਬੇ ਦੀ ਕਿਰਪਾ ਲਾਓ ਸਾਹਮਣੇ ਮੇਰੇ ਮਿੱਤਰੋ ਆ ਕਹਿੰਦੇ ਸਿੱਪੀ ਹੁਣੀ ਕਾਲੇ ਵਰਗੇ ਹੈਪੀ ਵਰਗੇ ਆਓ ਬੱਲੇ 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 ਸਿੱਪੀ ਬੁਰਜ ਭਲਾਈ ਵਾਲਾ ਨੰਬਰ ਜੋੜ ਗਿਆ ਕਿੰਨੇ ਹੋ ਗਏ 15-13 ਹੋ ਗਏ ਜੀ ਲਓ 15 ਤੇ 13 ਦੀ ਜਿਹੜੀ ਖੇਡ ਖੇਡੀ ਜਾ ਰਹੀ ਹੈ ਨੈਟ ਮੈਨਾਂ ਦੀ ਵੀ ਕਾਹਦੀ ਜ਼ਿੰਦਗੀ ਹੈ ਬਾਈ ਆਹ ਖੇਡ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਹੁਤ ਜ਼ੋਰ ਲਾਉਂਦੇ ਆ ਮੁੰਡੇ ਕੰਮ ਕਰ ਲੈ 4 ਪੈਸੇ ਦਾ ਓਏ ਉਹ ਤਾਂ ਫੇਲ ਆ ਯਾਰ ਕੰਮ ਸਾਨੂੰ ਹੁਣ ਸੋਨੂੰ ਕਾਕਾ ਬੋਲ ਲੈ ਗਰਲਾਲ ਤਾਂ ਫਿਰ ਗਰਲਾਲ ਹੀ ਆ ਜਾਉਨੀ ਜੌਨੀ ਪਧੇਰ ਲਾਇਓ ਹਾਂ ਜੌਨੀ ਕੀ ਹਾਲ ਚਾਲ ਆ ਠੀਕ ਆ ਕਹਿੰਦਾ ਕੀ ਬੋਲੀ ਆ ਨਾ ਜ਼ਿੰਦਗੀ ਕਾਹਦੀ ਨਹੀਂ ਕਹਿੰਦਾ ਨੈਟ ਮੈਨੂੰ ਜੀ ਓਕੇ ਜੀ ਓਕੇ ਉਧਰ ਜੌਨੀ ਆ ਸਾਡਾ ਵੱਡਾ ਵੀਰ ਜਾ ਵਸਿਆ ਵਿੱਚ ਕੈਨੇਡਾ ਦੇ ਜੌਨੀ ਆ ਭਰਾ ਸਾਡਾ ਸਿਆੜ ਪਿੰਡ ਵਾਲਾ ਉਹ ਵੀਰ ਵੀ ਲਾਈਵ ਜਿਹੜਾ ਤੇ ਉਸ ਵੀਰ ਦਾ ਵੀ ਆਪਾਂ ਤੇ ਫਿਰੋਂ ਧੰਨਵਾਦ ਕਰਦੇ ਹਾਂ ਬੜਾ ਸਤਿਕਾਰਯੋਗ ਵੀਰ ਸਾਡੀ ਜ਼ਿੰਦਗੀ ਦਾ 16 ਹੋ ਗਏ ਜਵਾਬਾਂ ਨੇ ਸਾਡੇ ਵੀਰ ਦੇ ਲਈ 16-13 ਹੋ ਗਏ ਵੀਰੇ ਕੁੜੀਆਂ ਦੀ ਗੇਮ ਆ ਜੀ 16-13 ਇਹਨਾਂ ਪਿੰਡਾਂ ਦਾ ਫਰਕ ਹੈ ਮਿੱਤਰਾਂ ਇਹ ਫਰਕ ਕੱਢਿਆ ਜਾ ਸਕਦਾ ਹੈ ਬਹੁਤ ਲੀਡ ਪੱਟੀਆ ਯਾਰ ਬੁਰਜ ਭਲਾਈ ਵਾਲੇ ਮੁੰਡਿਆਂ ਨੇ ਬਈ 10-4 ਦੀ ਲੀਡ ਸੀ ਉਹ ਛਿੜਤਾ ਪੱਥਰ ਪਾੜ ਦੀ ਅਸੀਂ ਤਾਂ ਹਾਂ ਬਈ ਉਹ ਵੀ ਆਇਆ 17 ਨੰਬਰਾਂ ਦਾ ਮੈਚ ਅਤੇ ਇੱਕ ਇੱਕ ਬੰਦਾ 20 ਨੰਬਰ ਲੈਣ ਦਾ ਵੀ ਦਮ ਰੱਖਦਾ
ਮੈਚ ਵੀ ਹਰ ਗਏ ਕਦੇ ਹੈ ਮੈਚ ਵੀ ਹਰ ਗਏ ਅਦਾ ਤੱਕ ਮੰਨ ਲਾ ਮੈਂ ਗੱਪੀ ਤਾਂ ਹੈਗਾ ਪਰ ਇਹ ਐਡਾ ਦੇ ਮਾਰਦਾ ਮੇਰਾ ਅੰਦਾਜ਼ਾ ਸਹੀ ਰਿਹਾ ਬਾਈ ਉਹ ਆ ਗਿਆ ਨਾ ਸੂਰਜ ਮੇਰਾ ਅੰਦਾਜ਼ਾ ਸਹੀ ਰਿਹਾ ਉਹ ਕਹਿੰਦਾ ਸੀ ਬਿਨਾਂ ਸੂਰਜ ਤੋਂ ਕਰਾਵਾਂਗੇ ਨਹੀਂ ਮੇਰਾ ਅੰਦਾਜ਼ਾ ਸਹੀ ਰਿਹਾ ਮੈਂ ਕਿਹਾ ਸਫੈਦਾਂ ਕੋਲੋਂ ਨਿਕਲੂ ਸੂਰਜ ਉਹ ਹੀ ਸੂਰਜ ਤਾਂ ਅੱਛਾ ਹੁੰਦਾ ਇੱਧਰ ਨੂੰ ਹੋ ਜਾ ਪੁੱਤ ਉਹ ਕਾਲਾ ਜਾਦੂ ਵਾਲਾ ਕਿਹੜਾ ਇਹਨੂੰ ਮਿਲਿਓ ਭਰਾ ਨੂੰ ਵੀਰੇ ਤੂੰ ਤਾਂ ਕਮੈਂਟ ਹੀ ਰੋਕ ਦੇਣਾ ਮੇਰੇ ਦੇਖੀ ਕਿਤੇ ਹੋਰ ਮੇਰੇ ਤੇ ਕਰਦੇ ਕਾਲਾ ਜਾਦੂ ਲਾਈ ਦੇ ਹੋਰ ਆਹ ਦੇ ਕਮੈਂਟ ਹੀ ਰੁਕ ਜਾਂਦੇ ਤੂੰ ਇਹ ਕਮੈਂਟ ਕਰਦਾ ਸਮੱਸਿਆ ਕੈਸੀ ਵੀ ਹੋ ਕਹਿੰਦਾ ਘਰ ਬੈਠੇ 100% ਸਮਾਧਾਨ ਜੈਸੇ ਮਨ ਚਾਹਾ ਪਿਆਰ ਖੋਇਆ ਪਿਆਰ ਵਾਪਿਸ ਮਿਲੋ ਭਾਈ ਜਿਹੜਾ ਭਰਾ ਇਹਨੂੰ ਮਿਲਣਾ ਚਾਹੁੰਦਾ ਅਮਨ ਭਾਟੀਆ ਭਾਟੀਆ ਵਸ਼ੀਕਰਨ ਤੜਵਾਣਾ ਕਰਵਾਏ ਕਹਿੰਦਾ ਕਾਲਾ ਜਾਦੂ ਛਟਕਵਾਏ ਗ੍ਰਹਿ ਕਲੇਸ਼ ਮਿਲੋ ਬਾਈ ਇਹਨੂੰ ਬਾਈ ਨੂੰ ਜ਼ਰੂਰ ਪੁਆਇੰਟ ਕਿੰਨੇ ਆ ਦਿਲਸ਼ਾਦ 14-16 ਸਕੋਰ ਆ ਜੀ 14 ਰੈਕੋਰਡ 16 ਬੁਰਜ ਪਲਾਈ ਹੋਰ ਜੌਨੀ ਚੰਦ ਨੂੰ ਸੂਰਜ ਕਹੀ ਜਾਂਦਾ ਲੈ ਉਹ ਲਾਲ ਲਾਲ ਚੰਦ ਆ ਬਈ ਉੱਧਰ ਸਾਹਮਣੇ ਇਹ ਕਹਿੰਦਾ ਸੂਰਜ ਆ ਉੱਧਰੋਂ ਸਹੀ ਆ ਇਹ ਇਹਨੂੰ ਸੂਰਜ ਕਹੀ ਜਾਂਦਾ ਉਹਨੂੰ ਚੰਦ ਕਹੀ ਜਾਂਦਾ ਅਸੀਂ ਵੀ ਚਹਿਲਾਂ ਦੇ ਹੀ ਆ ਸਾਰਾ ਪਿੰਡ ਸਾਡਾ ਵੀ ਚਹਿਲਾਂ ਦਾ ਹੀ ਆ ਚਾਂਗਲੀ ਪਿੰਡ ਆ ਮੇਰਾ ਬਾਈ ਸਾਰਾ ਚਹਿਲਾਂ ਦਾ ਪਿੰਡ ਆਪਣੇ ਚਾਂਗਲੀ ਹੈਗਾ ਵੀਰੇ ਬਰਨਾਲੇ ਤੋਂ ਤਕਰੀਬਨ 20 ਕਿਲੋਮੀਟਰ ਮਰੇ ਕੋਲ ਆ ਸਾਈਡ ਸਾਰਾ ਪਿੰਡ ਚਹਿਲਾਂ ਦਾ ਆਪਣੇ ਵੀ ਜੋਗੀ ਪੀਰ ਇੱਥੇ ਹੈਗਾ ਆਪਣੇ ਹੈ ਨਹੀਂ ਮੇਰੀ ਹੋਈ ਸੀ ਅਵਤਾਰ ਬਾਈ ਨਾਲ ਗੱਲ ਮੇਲਾ ਲੱਗਦਾ ਆਪਣੇ ਵੀ ਪੂਰਾ ਵਧੀਆ 6 ਮਹੀਨੇ ਬਾਅਦ ਜੋਗੀ ਪੀਰਾਂ ਦਾ ਹਾਂਜੀ ਕਿਵੇਂ ਜੀ ਨਹੀਂ ਸਾਰੇ ਪਿੰਡਾਂ 'ਚ ਨਹੀਂ ਹੈਗੇ ਜੀ ਆਪਣੇ ਸੁਣਦੇ ਹਾਂ 43 ਪਿੰਡ ਸੁਣਦੇ ਹਾਂ ਵੀ ਚਹਿਲਾਂ ਦੇ 43 ਪਿੰਡ ਕਹਿੰਦੇ ਹੁੰਦੇ ਆ ਜਿਵੇਂ ਸਾਡੇ 2-3 ਤਾਂ ਸਾਡੇ ਲਵੀ ਆ ਉੱਥੇ ਖੇੜੀ ਹੋ ਗਿਆ ਘਨੌਰੀ ਹੋ ਗਿਆ ਜਿਵੇਂ ਆ ਤੁਹਾਡੇ ਵੀ ਇੱਥੇ ਆਲਮਪੁਰ ਹੋ ਗਿਆ ਨੇੜੇ ਨੇੜੇ ਕਈ ਘਰ ਆ ਖੇੜੀ ਬਾਈ ਜਿਹੜੀ ਪੀਤੇ ਵਾਲੀ ਉਹ ਸਾਰੀ ਉਹਦੀ ਹਾਂ ਚਹਿਲਾਂ ਦੀ ਹਾਂ ਖੇੜੀ ਚਹਿਲਾਂ ਤਾਂ ਹੀ ਨਾਮ ਦੱਸਾਂ ਵੀਰੇ ਮਾਨ ਖੇੜੇ ਨੂੰ ਹਰ ਗਿਆ ਸੀ ਜੀ ਗਿੰਦੀ ਢਿੱਲੋਂ ਵਧੀਆ ਵਧੀਆ ਵੀਰੇ ਉਹ ਬਾਲ ਓਏ ਸੱਚ ਨੇ ਯਾਰ ਬਹੁਤ ਤਕੜੀਆਂ ਬਾਲਾਂ ਮਾਰੀਆਂ ਮੁੰਡੇ ਨੇ 16 ਹੀ ਹੈ 16 ਤੇ 14 ਹੀ ਹੈ 19 ਤੇ ਆਪਾਂ 19 ਤੇ ਗੇਮ ਤਾਂ ਉਹਦੇ ਸੀ ਭੈਣ ਦੇ 3:30 ਸਕੂਲ ਚ ਵੀ ਇੰਨਾ ਬਣਦੇ ਨਹੀਂ ਬੈਠਾ ਰਹਿੰਦਾ ਬਾਅਦ ਸਮੇ ਨਾਲ ਸਾਰਾ ਪਿੰਡ ਵਿਹਲਾ ਕਰਤਾ ਹੈ ਜੇ ਕਿਤੇ ਅਕਸਰਾਂ ਨੂੰ ਨਾ ਪਿੰਡ ਪੈਂਦਾ ਤੇ ਹੁਣ ਕਹਾਣੀ ਕੁਛ ਹੋਰ ਹੋਣੀ ਸੀ ਇਹ ਅਕਸ਼ਰਾਂ ਨਹੀਂ ਪੱਟੇ ਆ ਸਾਰਾ ਪਿੰਡ ਗਰਲਾਲ ਤੇਰਾ ਡਾਟਾ ਆਨ ਕਰੀ ਬਾਈ ਉਹਨੇ ਜੌਨੀ ਨੇ ਮੈਸੇਜ ਕਰਿਆ ਉਹ ਤੈਨੂੰ ਇਹਦੇ ਨਾਲ ਗੱਲ ਉਹ ਬਾਲ ਓਏ ਸਚਨ ਯਾਰ ਐਂਡ ਗੱਲ ਬਾਤ
17वां नंबर जुड़ गया जी 17वां जुड़ गया ਸਾਰੀ ਰਾਤ ਆ ਯਾਰ ਉੱਤੋਂ ਨਹੀਂ ਲਾਂਘੀ ਹੁਣ ਭੁਲੇਖੇ ਦਾ ਪੈਣਗੀ ਇਹਨੂੰ ਮੌਜਾਂ ਜਾ ਵਸਿਆ ਵਿੱਚ ਕੈਨੇਡਾ ਦੇ ਯਾਰ ਵੀ ਮੇਰੇ ਉੱਥੇ ਦੇਖਦੇ ਆ ਗਿਫਟ ਕਮਿਟੀ ਭੇਜ ਦੇ ਲਾਈ ਵਾਲੇ ਮੇਰੇ ਇੰਨਾ ਥੋੜ੍ਹਾ ਨਾਮ ਬੋਲੀ ਬਾਅਦ ਕਮਿਟੀ ਭੇਜ ਦੇ ਗੁੱਟ 'ਤੇ ਬੰਨ ਕੇ ਤਾਜ਼ਾ ਕਰਨ ਹਾਂ ਮੈਂ ਠੀਕ ਹੈ ਯਾਰ ਬਾਬੇ ਦੀ ਕਿਰਪਾ ਸਤਾਰ ਤੂੰ ਦੱਸ ਕੀ ਹਾਲ ਚਾਲ ਠੀਕ ਹੈ ਬਾਈ ਕੰਮ ਕਰ ਕਿਵੇਂ ਚੱਲਦਾ ਘਰ ਪਰਿਵਾਰ ਕਿਵੇਂ ਸਾਰੇ ਲਾਓ ਇੱਧਰ 17 ਤੇ ਮੇਰੇ ਦਾ 14 ਨੇ ਨਾ ਦਿਲਸ਼ਾ ਜੀ 14-17 संतरी संतरी भाई का भी बहुत बहुत धन्यवाद है ਸਾਡਾ ਬਹੁਤ ਪਿਆਰਾ ਵੀਰ ਹੈ ਸਾਰੇ ਟੂਰਨਾਮੈਂਟ ਤੇ ਬਹੁਤ ਸੇਵਾ ਕੀਤੀ ਬਾਈ ਨੇ ਖੇਡਿਆ ਵੀ ਮੁੰਡਾ ਬਹੁਤ ਤਕੜਾ ਇੱਕ ਤੁਹਾਡੇ ਪਿੰਡ ਦਾ ਸੀਤਲ ਬਹੁਤ ਤਕੜਾ ਖੇਡਦਾ ਉਹਦੇ ਵੀ ਚਰਚੇ ਆ ਉਹ ਕਬੱਡੀ ਵੀ ਖੇਡਦਾ ਫੁੱਟਬਾਲ ਵੀ ਖੇਡਦਾ ਉਹਨੂੰ ਆਲ ਰਾਊਂਡਰ ਕਹਿੰਦੇ ਆ ਇਹ ਸੰਤਰੀ ਦੇ ਨਾਲ ਯਾਰੀ ਆ ਉਹਦੀ ਬੜਾ ਪਿਆਰਾ ਮੁੰਡਾ ਆਪਸ ਵਿੱਚ ਜਾਣਾ ਬੋ ਉਧਰ ਬਾਈ ਦਿਸੀ ਜਾਂਦੇ ਆ ਬਾਲ ਦਿਖੀ ਜਾਂਦੀ ਆ ਕਿ ਜਾਈਏ ਉਧਰ ਬਾਈ ਉਹਦਾ ਇੱਕ ਦੋ ਨੰਬਰ ਰਹਿ ਗਏ ਮੈਂ ਦੇ ਬਾਈ ਦੱਸਿਓ ਕਿਰਾਂ ਜੇ ਕੋਈ ਪਤਾ ਨਹੀਂ ਟਾਈਮ ਕਿੰਨਾ ਲੱਗ ਜਾਣਾ ਪਰ ਦੇਖਣ ਯੋਗ ਹੈ ਇਧਰੋਂ ਸਕਰੀਨ ਕਿਉਂਕਿ ਮੂਹਰੋਂ ਸੂਰਜ ਨਿਕਲਿਆ ਬਾਈ ਹਨੇਰਾ ਪੈਂਦਾ ਥੋੜ੍ਹਾ ਜਿਹਾ ਦੱਸੋ ਵੀ ਦੇਖਣ ਯੋਗ ਹੈ ਬਟ ਬ੍ਰਾਈਟਨੈਸ ਵਧਾ ਕੇ ਸਰਦਾ ਜਾਂ ਜਾਈਏ ਉਧਰ ਲਾਈਏ ਕੈਮਰਾ ਬਾਈ ਲਾਸਟ ਪੁਆਇੰਟ ਆ ਗਿਆ ਜੀ ਲਾਸਟ ਪੁਆਇੰਟ ਬੁਰਜ ਭਲਾਈ ਵਿੰਦੀ ਟੀਮ ਦਾ ਲਾਸਟ ਸਕੋਰ ਲਾਸਟ ਲਾ ਨੰਬਰ ਜਿਹੜਾ ਇਧਰ ਲਾਸਟ ਆ ਗਿਆ ਨੌਜਵਾਨ ਓਕੇ ਓਕੇ ਗਰਜੀਤ ਵੀਰੇ ਫਿਰ ਮਾਣ ਉਹਨਾਂ ਦਾ ਲਾਸਟ ਪੁਆਇੰਟ ਆ ਗਿਆ ਜੀ ਇਧਰ ਉਧਰ 14 ਨੇ ਰੈਕੋਰਡ ਦੀ ਟੀਮ ਦੇ 7 ਸ਼ਬਾਜਪੁਰੀ ਦੇ 14 ਤੇ 16 ਦੀ ਖੇਡ ਨੰਬਰ ਹਾਂਜੀ ਹਾਂਜੀ ਜੌਨੀ ਵੀਰੇ ਥੋੜਾ ਜਿਹਾ ਸੂਰਜ ਦੇ ਚੱਕਰ ਆ ਵੀਰੇ ਸਾਹਮਣੇ ਲੱਗਦਾ ਨਾ ਬਹੁਤ ਬਹੁਤ ਮੁਬਾਰਕਾਂ ਦੋਨੋਂ ਟੀਮਾਂ ਨੂੰ ਬਹੁਤ ਸੋਹਣਾ ਖੇਡੇ ਮੁੰਡੇ ਜਿੱਤ ਹਾਰ ਚਲੋ ਬਣੀ ਆਈ ਆ ਇਹ ਜ਼ਿੰਦਗੀ ਦਾ ਇੱਕ ਹਿੱਸਾ ਸੰਤਰੀ ਸਾਡੇ ਵੀਰ ਦਾ ਵੀ ਦਿਲੋਂ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਠੀਕ ਕੀਤੀ ਸ਼ਰਤ ਥੋੜੀ ਜੀ ਚੱਲ ਬਸ ਓਏ ਗੋਪੀ ਨੂੰ ਸਦਰੀ ਮਾੜਾ ਦਾ 500 ਪ੍ਰਿੰਸ ਵੀਰੇ ਗਰਲਾਲ ਅੱਜ ਦੇ ਟੂਰਨਾਮੈਂਟ ਦਾ ਜਿਹੜਾ ਬੈਸਟ ਸੁਣ ਲਿਓ ਵੀਰੇ ਬੈਸਟ ਨੈਟਮੈਨ ਅੱਜ ਦੇ ਟੂਰਨਾਮੈਂਟ ਦਾ ਜੀ ਉਹ ਸਣੀ ਬੁਰਜ ਵਾਲਾ ਸਾਡਾ ਛੋਟਾ ਵੀਰ ਅੱਜ ਦੇ ਟੂਰਨਾਮੈਂਟ ਦਾ ਬੈਸਟ ਨੈਟਮੈਨ ਹੈ ਤਾਲੀ ਮਾਰੋ ਭਾਈ ਇੱਕ ਵਾਰੀ ਵੀਰ ਲਈ ਹੌਸਲਾ ਦਿਓ ਔਰ ਅੱਜ ਦੇ ਟੂਰਨਾਮੈਂਟ ਦਾ ਬੈਸਟ ਸ਼ੂਟਰ ਜਿਹੜਾ ਉਹ ਸਾਡਾ ਵੱਡਾ ਭਰਾ ਸਤਨ ਸੁੰਦਰੀ ਵਾਲੀ ਪਿੰਡ ਦਾ ਉਹ ਬੈਸਟ ਸ਼ੂਟਰ ਅੱਜ ਦੇ ਟੂਰਨਾਮੈਂਟ ਦਾ ਬਹੁਤ ਬਹੁਤ ਮੁਬਾਰਕਾਂ
ਉਹਨੂੰ ਸਦੀ ਗੋਪੀ ਰੈਕੋਰਡ ਨੂੰ 500 ਰੁਪਏ ਦਾ ਸਨਮਾਨ ਭੇਜਿਆ ਬਾਈ ਪ੍ਰਿੰਸ ਕੈਨੇਡਾ ਨੇ। ਓਕੇ ਜੀ, ਉਧਰ ਬਾਈ ਪ੍ਰਿੰਸ ਕੈਨੇਡਾ ਭਰਾ ਸਾਡਾ ਉਸ ਵੀਰ ਵੱਲੋਂ ਗੋਪੀ ਰੈਕੋਰਡ ਦੇ ਟੀਮ ਲਈ ਆ ਕਿ ਗੋਪੀ ਲਈ ਗੋਪੀ ਰੈਕੋਰਡ ਦੇ ਗੋਪੀ ਦੇ ਲਈ 500 ਦੇ ਵੱਡੇ ਮਾਨ ਤੇਰੇ ਤੇਰੇ ਤੇ ਦਿਲਸ਼ਾਦ ਲਈ 100। ਓਕੇ ਜੀ, ਮੇਰੇ ਤੇ ਦਿਲਸ਼ਾਦ ਦੇ ਲਈ ਇਹਨਾਂ ਬੋਲਾਂ ਦੇ ਲਈ ਔਰ 100 ਦੇ ਵੱਡੇ ਮਾਨ ਆਏ ਆ। ਮੈਂ ਦਿਲੋਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਸਾਡਾ ਪ੍ਰਿੰਸ ਹੈ ਕੈਨੇਡਾ ਵਾਲਾ। ਪਵਨ ਕੀ ਹਾਲ ਆ ਵੀਰੇ? ਪਵਨ ਮਾਸਟਰ ਜੀ ਕੀ ਹਾਲ ਨੇ ਜੀ? ਗੁਮਟੀ ਵਾਲੇ ਫਸਟ ਬੁਰਜ ਭਲਾਈ ਆ ਵੀਰੇ, ਸੈਕੰਡ ਰੈਕੋਟ ਬਹੁਤ ਬਹੁਤ ਧੰਨਵਾਦ ਮੈਂ ਤੇ ਕਰਦਾ ਸਾਡੀ ਸਮੁੱਚੀ ਪ੍ਰਬੰਧਕੀ ਕਮੇਟੀ ਦਾ ਜਿਹੜੇ ਭਰਾਵਾਂ ਨੇ ਇੰਨਾ ਸੋਹਣਾ ਮੇਲਾ ਕਰਵਾਇਆ। ਦਿਲੋਂ ਦੁਆਵਾਂ ਨੇ ਸਾਰੇ ਨਗਰ ਦੇ ਲਈ ਔਰ ਸਵਰਗਵਾਸੀ ਸਰਦਾਰ ਬਲਵਿੰਦਰ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਵੱਡਾ ਮੇਲਾ ਕਰਵਾਇਆ। ਸਾਬਕਾ ਸਰਪੰਚ ਉਹਨਾਂ ਦੀ ਯਾਦ ਦੇ ਵਿੱਚ ਵੱਡਾ ਮੇਲਾ ਕਰਾਇਆ ਭਰਾਵਾਂ ਨੇ। ਤੇ ਵਰਿੰਦਰ ਜੀ ਵੀਰ ਕਹਿੰਦੇ ਆ ਵੀ ਅਗਲੇ ਸਾਲ ਇਸ ਤੋਂ ਵੀ ਵੱਡਾ ਟੂਰਨਾਮੈਂਟ ਇਸ ਧਰਤੀ ਤੇ ਕਰਵਾਇਆ ਜਾਵੇਗਾ। ਬਾਬਾ ਸੁੱਖ ਰੱਖੇ ਬੈਸਟਾਂ ਦੇ ਲਈ। ਹੋਰ ਵੀ ਕੁਝ ਵੱਖਰਾ ਜਿਹੜਾ ਵੀਰ ਕਹਿੰਦੇ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਵਾਹਿਗੁਰੂ ਦਿਨ ਲਿਆਵੇ। ਤੇ ਸਾਰੇ ਧਾਨੀ ਸੱਜਣਾਂ ਦਾ ਧੰਨਵਾਦ ਹੈ, ਸਮੁੱਚੇ ਨਗਰ ਦਾ ਧੰਨਵਾਦ ਹੈ, ਸਾਰੇ ਸਾਥੀ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਦਾ ਇਹ ਮੇਲਾ ਕਰਵਾਇਆ। ਜੇ ਮੇਲਾ ਵਾਲੀ ਤਾੜੀ ਮਾਰੋ ਯਾਰ, ਟੀਮਾਂ ਨੂੰ ਆਵਾਜ਼ ਮਾਰੋ, ਪ੍ਰਬੰਧਕੀ ਕਮੇਟੀ ਦੇ ਲਈ ਟੀਮਾਂ ਨੂੰ ਆਓ ਭਾਈ ਯਾਰ ਰਾਏਕੋਟ ਪਹਿਲਾਂ ਖੜਿਆ ਬਿੰਦੀ ਬੁਰਜ ਭਲਾਈ ਪਹਿਲਾਂ ਆਓ ਯਾਰ, ਲਓ ਪ੍ਰਾਈਜ਼ ਆਓ ਜੀ, ਲਓ ਜੀ ਪਹਿਲਾਂ ਫਸਟ ਪ੍ਰਾਈਜ਼ ਦਵਾ ਦਈਏ ਆਪਾਂ ਬਿੰਦੀ ਬੁਰਜ ਭਲਾਈ ਟੀਮ ਜੀ। ਹੋਰ ਦਿਓ ਜੀ ਪ੍ਰਾਈਜ਼ ਮੁੰਡੇ ਨੂੰ। ਸੱਜਣ ਸਤੀਰ ਵਾਲੀ ਪਿੰਡ ਉਹ ਵੀ ਆ ਜਾਵੇ ਜੀ, ਮੂੰਹ ਤੋਂ ਹੀ ਜਾਂਦਾ ਉਹਦਾ ਬਸ। ਸੱਜਣ ਭਰਾ ਸਾਡਾ ਸਤੀਰ ਵਾਲੀ ਪਿੰਡ ਵਾਲਾ ਉਹ ਵੀ ਆ ਜਾਵੇ। ਗੋਪੀ ਟੁੱਟ ਗਿਆ। ਆਓ ਜੀ ਉਧਰ ਪਹਿਲਾਂ ਪ੍ਰਾਈਜ਼ ਆ ਜਿਹੜਾ ਬੁਰਜ ਭਲਾਈ ਦੀ ਟੀਮ ਵੀਰਾਂ ਨੂੰ ਜਿਹੜਾ ਦਿੱਤਾ ਜਾ ਰਿਹਾ ਪਹਿਲਾ ਪ੍ਰਾਈਜ਼ 15,000। ਬਹੁਤ ਬਹੁਤ ਧੰਨਵਾਦ। ਲਓ ਜੀ ਵੀਰੇ ਫਸਟ ਪ੍ਰਾਈਜ਼ ਬਿੰਦੀ ਬੁਰਜ ਭਲਾਈ ਦੀ ਟੀਮ। ਸਚਨ ਸਪੀਰ ਵਾਲੀ ਖੇਡਿਆ, ਬਹੁਤ ਤਕੜੀਆਂ ਟੀਮਾਂ ਹਰਾਈਆਂ ਮੁੰਡਿਆਂ ਨੇ ਯਾਰ। ਸਰਪੰਚ ਉਹਨਾਂ ਦੀ ਯਾਦ ਵਿੱਚ ਪਹਿਲਾ ਸ਼ਾਨਦਾਰ ਜਿਹੜਾ ਗਰਲਾਲ ਜਿਆਦਾ ਨਾਲ ਹੋ ਫੋਟੋ ਜਾਏ ਮੂਹਰੇ ਖੜ ਗਿਆ ਤੂੰ ਨਾਲ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੇਲਾ ਕਰਵਾਇਆ ਸਾਡੇ ਵੀਰਾਂ ਦਾ। ਔਰ ਫਸਟ ਪ੍ਰਾਈਜ਼ ਆ ਜੀ ਬੁਰਜ ਭਲਾਈ ਟੀਮ ਬਿੰਦੀ ਦੀ ਟੀਮ ਬੁਰਜ ਭਲਾਈ ਫਸਟ ਆ ਬੁਰਜ ਭਲਾਈ ਵੀਰੇ ਸਚਨ ਸਪੀਰ ਵਾਲੀ ਸਚਨ ਔਰ ਸੈਕੰਡ ਰੈਕੋਰਡ ਥਰਡ ਫੋਰਥ ਚੈਣਿਆਲ ਤੇ ਥਰਾਜ ਵਾਲਾ ਹਾਂਜੀ ਹਾਂਜੀ ਪੰਕਜ ਕੀ ਹਾਲ ਆ ਜੀ? ਪੰਕਜ ਰੂਪਨਗਰ ਜੀ ਬੈਸਟ ਨੂੰ ਟਰਾਫੀ ਆ ਵੀਰੇ, ਕੱਪ ਆ ਜੀ ਬੈਸਟ ਨੂੰ, ਸਚਨ ਸਤੀਰ ਵਾਲੀ ਬੈਸਟ ਆ।
ਨੈੱਟ ਕੱਲਾ ਸੂਟਰ ਕੱਢਣਾ ਨੈੱਟ ਸਣੀ ਆ ਬੁਰਜ ਭਲਾਈ ਵਾਲਾ ਜੀ ਸੂਟਰ ਸਚਿਨ ਸਤੀਰ ਵਾਲੀ ਆਈਫੋਨ 12 ਵਾਲਾ ਵੀਰਾ ਪੰਕਜ ਆਈਫੋਨ 12 ਮੁੱਕਰ ਗਿਆ ਆਪਣਾ ਪੰਕਜ ਬਾਈ ਤੂੰ ਵੀ ਗਵਾਹ ਇਹ ਗੱਲ ਦਾ ਨਾ ਪੰਕਜ ਮੈਨੂੰ ਗਵਾਹ ਚਾਹੀਦੇ ਵੱਧ ਤੋਂ ਵੱਧ ਇੱਕ ਤਾਂ ਦਿਲਸ਼ਾਦ ਹੈਗਾ ਬਾਈ ਮੁੱਕਰ ਦਾ ਹੁਣ ਆਪਣਾ ਪੰਕਜ ਮੇਰੀ ਬੇਨਤੀ ਹੈ ਭਰਾ ਸਾਡਿਆਂ ਨੂੰ ਬਹੁਤ ਤਕੜਾ ਖੇਡੇ ਮੁੰਡੇ ਜਿੱਤਾਂ ਹਾਰਾਂ ਚਲੋ ਬਣੀਆਂ ਆਈਆਂ ਜ਼ਿੰਦਗੀ ਦਾ ਇੱਕ ਹਿੱਸਾ ਇਹ ਜਿੱਤਾਂ ਹਾਰਾਂ ਹੁੰਦੀਆਂ ਗੋਪੀ ਆ ਲੈ ਜੀ ਪਹਿਲਾਂ ਲਓ ਜੀ 500 ਰੁਪਇਆ ਬਾਈ ਪ੍ਰਿੰਸ ਧਾਲੀ ਵਾਲ ਕੈਨੇਡਾ ਵੱਲੋਂ ਜਲਾਲ ਦੀ ਵਾਲੇ ਵੱਲੋਂ ਗੋਪੀ ਲਈ 500 ਆਪਾਂ ਪਹੁੰਚਦਾ ਕਰਤਾ ਜੀ ਹੋਰ ਪੰਕਜ ਮੁੱਕਰ ਗਿਆ ਬਾਈ ਯਾਰ ਦੇਖ ਲਾਉਂ ਤੇਰੇ ਸਾਹਮਣੇ ਆ ਗੱਲ ਰੈਸਰ ਮਾਨ ਖੜੇ ਤੋਂ ਹਰ ਗਈ ਵੀਰੇ ਲਓ ਜੀ ਸੈਕਿੰਡ ਪ੍ਰਾਈਜ਼ ਆ ਜੀ ਰੈਕੋਰਡ ਦੀ ਟੀਮ ਸੱਤਾ ਸਮਾਜਪੁਰੀ ਆ ਖੇਡਿਆ ਬਹੁਤ ਤਕੜਾ ਖੇਡੀ ਟੀਮ ਸੈਕਿੰਡ ਪ੍ਰਾਈਜ਼ ਰੈਕੋਰਡ ਦੀ ਟੀਮ ਜੀ ਹੋਰ ਪੰਕਜ ਮੈਂ ਤਾਂ ਆਪ ਕਹੀ ਜਾਂਦਾ ਮੁੱਕਰ ਦਾ ਉਹਦਾ ਯਾਰ ਹੋਣਾ ਲਓ ਜੀ ਵੀਰੇ ਸੀ ਆਪਣਾ ਅੱਜ ਦਾ ਰਿਜ਼ਲਟ ਜੀ ਬੈਸਟ ਵੀ ਦੇ ਦਿਓ ਵੀਰੇ ਬੈਸਟ ਵਾਲੀਆਂ ਟਰਾਫੀਆਂ ਲਾਓ ਜੀ ਸਣੀ ਛੋਟੇ ਵੀਰ ਸਣੀ ਨੱਟ ਬਣਾ ਆਓ ਸੱਜੇ ਜੀ ਆਓ ਜੀ ਅੱਜ ਦੇ ਟੂਰਨਾਮੈਂਟ ਦੇ ਬੈਸਟ ਪਲੇਅਰ ਚਲ 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 ਨਾ ਨਾ ਸਹੀ ਹੈ ਗੱਲ ਲਾਓ ਜੀ ਆ ਜਾ ਸਣੀ ਲਓ ਜੀ ਪਹਿਲਾਂ ਬੈਸਟ ਨੈੱਟ ਨੂੰ ਦੇ ਦਿਓ ਜੀ ਮੁੰਡੇ ਨੂੰ ਸਣੀ ਹੈ ਬੁਰਜ ਭਲਾਈ ਵਾਲਾ ਬੈਸਟ ਨੈੱਟਮੈਨ ਸਣੀ ਬੁਰਜ ਭਲਾਈ ਬਹੁਤ ਸੋਹਣਾ ਖੇਡਿਆ ਮੁੰਡੇ ਨੇ ਮਰੀਆਂ ਵਾਲਾਂ ਕੱਢੀਆਂ ਯਾਰ ਬਹੁਤ ਤਕੜਾ ਨੈੱਟ ਕੱਢਿਆ ਮੁੰਡੇ ਨੇ ਮਰੀਆਂ ਵੀ ਪੜਦੀਆਂ ਪੋਲ ਕੋਲੋਂ ਸਹੀ ਹੈ ਤਾਂ ਹੀ ਤਾਂ ਬੈਸਟ ਆ ਸਚਿਨ ਸਤੀਰ ਵਾਲੀ ਬਹੁਤ ਤਕੜੀਆਂ ਬਾਲਾਂ ਮਾਰੀਆਂ ਬੈਸਟ ਸ਼ੂਟਰ ਸਚਿਨ ਸਤੀਰ ਵਾਲੀ ਸਤਿ ਸ੍ਰੀ ਅਕਾਲ ਜੀ ਬਲਜਿੰਦਰ ਕਮਾਣਾ ਜੀ ਭਰਾ ਸਾਡਾ ਬਹੁਤ ਤਕੜਾ ਖੇਡਿਆ ਓਕੇ ਰਿਪੋਰਟ ਆ ਜੀ ਲਓ ਜੀ ਵੀਰੇ ਸੀ ਆਪਣਾ ਅੱਜ ਦਾ ਰਿਜ਼ਲਟ ਜੀ ਜੁਝਾਰ ਤੇ ਰਾਜਵਿੰਦਰ ਦਾ ਸਨਮਾਨ ਆ ਜੀ ਕੱਪਾਂ ਨਾਲ ਵੀਰੇ ਪਾਰ ਇਹਨਾਂ ਮੁੰਡਿਆਂ ਦੇ ਬਹੁਤ ਚੋਟੀ ਦੇ ਖਿਡਾਰੀ ਆ ਇਹਦੇ ਜੁਝਾਰ ਬਹੁਤ ਤਕੜਾ ਖੇਡਿਆ ਓਕੇ ਆ ਜੀ ਸੰਨੀ ਮੈਚ ਮੁੰਡਾ ਜੀ ਕਮਾਲ ਕਰ ਦਿੱਤੀ ਆ ਲਓ ਜੀ ਵੀਰੇ ਇਹ ਸੀ ਆਪਣਾ ਅੱਜ ਦਾ ਰਿਜ਼ਲਟ ਜੀ ਬਹੁਤ ਵਧੀਆ ਮੈਚ ਹੋਏ ਬਾਈ ਬਹੁਤ ਵਧੀਆ ਪ੍ਰਬੰਧ ਸੀ ਮੁੰਡਿਆਂ ਦਾ ਪਹਿਲਾ ਟੂਰਨਾਮੈਂਟ ਸੀ ਪਰ ਪ੍ਰਬੰਧ ਬਹੁਤ ਤਕੜੇ ਸੀ ਧੰਨਵਾਦ ਸਾਰੇ ਭਰਾਵਾਂ ਜਿਨ੍ਹਾਂ ਨੇ ਆਨੰਦ ਮਾਣਿਆ ਸ਼ੇਅਰ ਕੀਤਾ ਦਿਲੋਂ ਧੰਨਵਾਦ ਜੀ ਮਿਲਦੇ ਆ ਆਪਾਂ 13 ਤਰੀਕ ਨੂੰ ਰਾਮਪੁਰ ਕੁੰਡਲ ਦੇ ਟੂਰਨਾਮੈਂਟ ਤੇ ਜਿਹਦਾ 125,000 ਪ੍ਰਾਈਜ਼ ਹੋਣਾ ਧੰਨਵਾਦ ਜੀ ਓਕੇ ਓਕੇ ਪ੍ਰਿੰਸ ਵੀਰੇ